ਯਾਰ ਕੀ ਕਰ ਰਿਹਾ ਯਾਰ ਸਾਰੇ ਅੰਦਰ ਆਪਣੀ ਦੁਕਾਨ ਅੱਗੇ ਕੀਤੇ ਤੂੰ ਆਪਣੇ ਅੱਗੇ ਰੱਖਦੇ ਨਾ ਚਾਚਾ ਕੀ ਖਵਾਵਾ ਪਰਨਾ ਫਿਰ ਪਾਇਆ ਮਿੱਠੇ ਦਿਲ ਦਾ ਕੰਮ ਆ ਦਿਲ ਦਾ ਇਹ ਫੜੋ ਫੜੋ ਤੇ ਲੈ ਕੇ ਚੱਲ ਚਾਚਾ ਇਹ ਕਿੰਨੀ ਕਿੰਨੀ ਕਰ ਰਹੇ ਆ ਪਕਾਨੇ ਚ ਹਵਾ ਕਿੱਧਰ ਅੱਗੇ ਇਹ ਨੌ ਨੌ ਤੇ ਨਹੀਂ ਕੱਟਣ ਵਾਲੇ ਤੇਰੇ ਚਾਚੇ ਖਾਨ ਦੇਖੀ ਜ਼ਰਾ ਇਹ ਦਿਲ ਵਾਲਾ ਪਕਾਨਾ ਇੱਥੇ ਠੀਕ ਹੈ ਠੀਕ ਹੈ ਦੋ ਲਾਲਾ ਮੈਂ ਤੇ ਕਹਿਣਾ ਆ ਤੂੰ ਅੰਡੇ ਨੂੰ ਆਪਣੇ ਨੂੰ ਇੰਨਾ ਰੰਗੀਨ ਕਾਤੋਂ ਕਰਦਾ ਹੈ ਪਤਾ ਕੀ ਗੱਲ ਹੈ ਮੇਰੇ ਵਾਲ ਜਰਾ ਥੋੜਾ ਜਿਹਾ ਸੋਹਣਾ ਲੱਗਣਾ ਚਾਹੀਦਾ ਮੇਨ ਐਂਟਰੀ ਆ ਸਾਰੇ ਦੇਖਦੇ ਆ ਤੈਨੂੰ ਪਤਾ ਹੀ ਮਾਰ ਸਾਰੇ ਇੱਧਰ ਕਰ ਦੋ ਇੱਧਰ 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 ਇਹ ਤਾਂ ਹਕੀਮ ਦੇ ਅੰਡੇ ਤੇ ਰੱਖਦੇ ਇਹਨੂੰ ਲੈ ਕੇ ਹੀ ਉੱਡ ਜਾਣਾ ਇੰਨੇ ਗੁਬਾਰੇ ਲਾ ਦੇ ਇਹਨੂੰ ਚਾਚੇ ਖਾ ਜਿਹੜਾ ਨਾ ਸ਼ੁਭ ਸ਼ੁਭ ਦੇਣਾ ਤੇ ਸ਼ੁਭ ਸ਼ੁਭ ਬੋਲੋ ਅੱਲਾ ਦੀ ਰਹਿਮਤ ਹੋਣੀ ਆ ਸਾਡੀ ਮਾਰਕੀਟ ਦੀ ਇਸ ਤੋਂ ਬਾਅਦ ਵੇਖੀ ਇਨਸ਼ਾਅੱਲਾ ਮੈਨੂੰ ਤਾਂ ਇਹ ਬੜੀ ਖੁਸ਼ੀ ਹੋਰ ਮਿੱਠਾ ਸੁਣਾ ਤੂੰ ਆਪੋ ਆਪਣੀ ਪਈਆ ਕਿਸੇ ਨੇ ਬਗਲਗੀਰੀ ਨਹੀਂ ਕੀਤੀ ਤੁਹਾਰੇ ਕਿਸੇ ਨੇ ਨਹੀਂ ਕਿਹਾ ਓਏ ਮੈਂ ਤਾਂ ਥੱਕ ਗਿਆ ਪਕਾਨੇ ਚੱਕ ਚੱਕ ਕੇ ਚਾਚਾ ਜਦੋਂ ਨੌ ਨੌ ਮਣ ਦਾ ਪਕਾਨਾ ਚੁਕੜਾ ਤੇ ਥੱਕ ਹੀ ਜਾਣਾ ਫੜ ਮੇਰਾ ਫਿਰ ਇਹ ਚਾਚੇ ਖਾ ਈਦ ਦਾ ਦੇਣਿਆ ਅੱਲਾ ਨੇ ਰਹਿਮਤ ਕੀਤੀ ਆ ਤੇਰੇ ਮੂੰਹ ਤੇ ਫਿਰ ਵੀ ਨੂਰ ਨਹੀਂ ਆਇਆ ਲੇਕਿਨ ਹਾਂ ਮੇਰੀ ਇੱਕ ਗੱਲ ਸੁਣ ਲਓ ਆ ਗੁਬਾਰੇ ਅੱਗੇ ਲਾਓ ਮਾਸਟਰ ਕੈਮਰੇ ਇਸ਼ਤਾ ਨਹੀਂ ਰਾਣ ਹਾਂ ਇੱਥੇ ਪਿੱਛੇ ਲੁਕੋਈ ਜਾਂਦੇ ਹਕੀਮ ਸਾਹਿਬ ਇਸ ਦੀ ਖੁਸ਼ੀ ਸਭ ਦੀਆਂ 10 10 ਤਸਵੀਰਾਂ ਫ੍ਰੀ ਖਿੱਚਾਂਗਾ ਜਿਹੜਾ ਮਰਜ਼ੀ ਪਹਿਲੇ ਖਿਚਵਾ ਲਵੇ ਆ ਜਾਓ ਈਦ ਮੁਬਾਰਕ ਵਾ 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 ਆ ਮੇਰੇ ਚਿੱਤਾਂ ਦੇ ਆ ਮੇਰੇ ਮੁਬਾਰਕ ਆ ਬਾਬਾ ਆ ਤੇ ਤੇ ਮੁਬਾਰਕ ਮੇਰਾ ਯਾਰ ਆ ਗਿਆ ਤੇ ਤੂੰ ਬੜਾ ਤੇ ਤੇ ਤੂੰ ਤੇ ਮੈਂ ਤਾਂ ਸੇਤਾ ਪੀਗਾ ਉਹ ਕੀ ਬਾਤ ਤੂੰ ਸੁਣਾ ਯਾਰ ईद मेला ईद मेला ईद मुबारक छोटे किने छोटे तीन ਛੋਟੇ ਤਿੰਨ ਹੈਗੇ ਆ ਲੇਕਿਨ ਗੱਲ ਪਤਾ ਕੀ ਆ ਹਾਂਜੀ ਜੇ ਘੱਟ ਵੱਧ ਹੋਏ ਫਿਰ ਕੋਣ ਜ਼ਿੰਮੇਦਾਰ ਇਹ ਵੱਧ ਹੋਣੇ ਜੀ ਘੱਟ ਨਹੀਂ ਕਿਉਂਕਿ ਵੇਖੋ ਤੁਸੀਂ ਸਾਰੇ ਮੇਰੇ ਛੋਟੇ ਵੀਰ ਹੋ ਮੈਂ ਲਾਜ਼ਮੀ ਦੇਣੀ ਇਹ ਗੱਲ ਆ ਵਾ ਕਿ ਇਹ ਛੋਟਾ ਉਹ ਛੋਟਾ ਉਹ ਤਾਂ ਪੜਦਾ ਨਹੀਂ ਪਿਆ ਹਾਂਜੀ ਪੜਦਾ ਨਹੀਂ ਅੱਠਵੀਂ ਚ ਉਹ ਅੱਠਵੀਂ ਚ ਪੜਦਾ ਹਾਂਜੀ ਹਜ਼ਾਰ ਰੁਪਇਆ ਉਹ ਯਾਰ ਉਹ ਭਾਈਆਂ ਨਹੀਂ ਕਿੱਥੇ ਆ ਐ ਜਾਂਦੇ ਲਿਓ ਈ ਤੇ ਦੇ ਉਹ ਭਾਈਆਂ ਨਹੀਂ ਕਿੱਥੇ ਆ ਯਾਰ ਉਹਨਾਂ ਨੂੰ ਵੀ ਭਾਈ ਤੇ ਮਿਲਣੀ ਉਹਨਾਂ ਦਾ ਹੱਥ ਲਵਾ ਕੇ ਦੇਣੇ ਉਹ ਨਹੀਂ ਯਾਰ ਮੈਂ ਤੈਨੂੰ ਦੱਸ ਰਿਹਾ ਨਾ ਉਹਨਾਂ ਨੂੰ ਮੈਂ ਪਹਿਲੇ ਈਦ ਮਿਲ ਲਵਾਂ ਫਿਰ ਆ ਕੇ ਤੁਹਾਨੂੰ ਦੇਣਾ ਸਾਰਿਆਂ ਨੂੰ ਆ ਯਾਰ ਮੇਰੀ ਗੱਲ ਸੁਣੋ ਹਕੀਮ ਹੈਗਾ ਇਸ ਮਾਰਕੀਟ ਦਾ ਵੱਡਾ ਬਜ਼ੁਰਗ ਤੇ ਸਭ ਤੋਂ ਸਿਆਣਾ ਬੰਦਾ ਕਿਉਂ ਜੀ ਹਾਂਜੀ ਉਹ ਤੇ ਠੀਕ ਆ ਤੇਰਾ ਹਕੂਕ ਬਣਦਾ ਹੈ ਇਹਨਾਂ ਸਾਰਿਆਂ ਬੱਚਿਆਂ ਨੂੰ ਕੋਈ 100-150 ਬਜਾ ਈਦ ਦੇਵੇ ਹਾਂ ਮੈਨੂੰ ਵਹੀ ਦੇਵੇ ਤੇ ਮੈਂ ਤੁਹਾਨੂੰ ਈਦ ਦਿਆਂ ਹੱਥ ਕਿੱਥੇ ਲੈ ਜਾਣੇ ਇੰਨੇ ਪੈਸੇ ਤੂੰ ਮੈਂ ਉੱਥੇ ਨਾਲ ਰੱਖਣਾ ਇੱਕ ਉਹ ਬਿਸਮਿਲਲਾ ਉਹ ਬਿਸਮਿਲਲਾ ਕਹਿਰਾ ਕਹਿਰਾ ਈਦ ਦੇ ਦਿਨ ਦਸੀਆਂ ਅਰੇ ਪਰੇ ਹੋ ਗਿਆ ਬਈ उम्र के हिसाब न मिलो जी ईद मुबारक ਈਦਾਂ ਪਹਿਲੀਆਂ ਕੀਮਾ ਬਹਿ ਜਾ ਈਦਾਂ ਪਹਿਲੀਆਂ ਓਏ ਜਦੋਂ ਅਸੀਂ
ਛੋਟੇ ਛੋਟੇ ਹੁੰਦੇ ਸਾਂ ਦਿਹਾੜੀਆਂ ਲਾਉਣੀਆਂ ਈਦ ਆਉਣੀ ਨਵੇਂ ਕੱਪੜੇ ਨਵੇਂ ਨੋਟ ਰੁਪਈਏ ਰੁਪਈਏ ਵਾਲੇ 2 ਰੁਪਏ ਵਾਲਾ ਨਵਾਂ ਨੋਟ ਹਾਂ ਸਹੀ ਗੱਲ ਓਏ ਹੋਏ 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 ਨਹੀਂ ਜੀ ਹੁਣ ਵੀ ਇਦਾਂ ਹੈ ਨਾ ਬਸ ਉਹ ਆਲੂ ਛੋਲੇ ਹੀ ਨਹੀਂ ਰਹੇ ਆਲੂ ਛੋਲਿਆਂ ਦਾ ਉਹ ਟੇਸਟ ਹੀ ਨਹੀਂ ਰਿਹਾ ਆਲੂ ਛੋਲਿਆਂ ਨੂੰ ਤਾਂ ਅੱਜ ਕੱਲ ਚਾਟ ਬਣਾ ਦਿੰਦੇ ਆਲੂ ਛੋਲਿਆਂ ਦੇ ਕੀ ਤੁੱਕ ਬਣਦਾ ਮਿੱਠੀ ਚਟਨੀ ਪਾਉਂਦਾ ਉਹ ਕਿਹੜੇ ਆਲੂ ਛੋਲੇ ਹੁੰਦੇ ਜਿਹਨਾਂ ਦੇ ਉੱਤੇ ਮਿੱਠੀ ਚਟਨੀ ਫਲਾਣੀ ਚਟਨੀ ਇਹ ਦੂਜੀ ਸਾਰੀਆਂ ਮਿੱਠੀਆਂ ਚਟਨੀਆਂ ਪਾ ਕੇ ਗੁਲਕੰਦ ਬਣਾ ਦਿੰਦੇ ਆਲੂ ਛੋਲਿਆਂ ਆਲੂ ਛੋਲੇ ਤੇ ਹੁੰਦੇ ਸੀ ਖੱਟਾ प्याज आलू भी इंज करना ते हुण आलू छोले तुसीं कहो हां किसे नूं प्लेट दे दे आलू छोलियां दी ना तुहानूं पता लगना चाट है ते ना पता लगना आलू छोले भाई सुक्का दुद्ध लैणा रुपये दा की लोक लोक के उहनूं तालू ना चंबड़ जाणा उहने ਉਹ ਮਹਾਰਾ ਹੀ ਨਹੀਂ ਰਹੀਆਂ ਤਲੇ ਉਹਨੇ ਚਮੇ ਲੈਣਾ ਮੁੜ ਕੇ ਸਾਰੀ ਦਿਹਾੜੀ ਇੰਜ ਕਰਦੇ ਰਹਿਣਾ ਥੋੜਾ ਥੋੜਾ ਉੱਤੋਂ ਭੁਰਦਾ ਰਹਿਣਾ ਤਾਲੂ ਕੇ ਉਹ ਸੁੱਕਾ ਚੁੱਕ ਨਹੀਂ ਤਾਲੂ ਦੇ ਨਾਲ ਸੁੱਕਾ ਦੁੱਧ ਚਮੇ ਚਿੰਬੜ ਜਾਂਦਾ ਸੀ ਫਿਰ ਥੋੜਾ ਥੋੜਾ ਲਾਈ ਜਾਣਾ ਸਾਰੀ ਦਿਹਾੜੀ ਉਹਦਾ ਟੇਸਟ ਲਈ ਜਾਣਾ ਬੜੀ ਗੱਲ ਆ ਜੀ ਉਦੋਂ ਜਿਹੜਾ ਤਲੇ ਨਾਲ ਦਾ ਸਵਾਦ ਸੀ ਉਹ ਹੁਣ ਹੈ ਹੀ ਨਹੀਂ ਕਰ ਹੁਣ ਵੀ ਉਹੀ ਆ ਤਲੇ ਨਾ ਤਲਿਆ ਨਾਨ ਅੱਜ ਵੀ ਹੁੰਦਾ ਹੀ ਆ ਜਾਂ ਤਾਂ ਜਾਨੀ ਖਾ ਤੁਸੀਂ ਵੀ ਨਾਨ ਦਾ ਕੀ ਫਰਕ ਪੈ ਜਾਣਾ ਉਦੋਂ ਵੀ ਤਲਿਆ ਨਾਨ ਉਂਝ ਲੱਗਦਾ ਤਲੇ ਨਾਨ ਦੇ ਉੱਤੇ ਹੁਣ ਕੀ ਕਰਨ ਲੱਗ ਪਏ ਪੀਜ਼ਾ ਬਣਾ ਦਿੱਤਾ ਉਹਨਾਂ ਨੇ ਤਲਿਆ ਨਾਨ ਅੱਜ ਵੀ ਤਲਿਆ ਨਾਨ ਤੇ ਜਦੋਂ ਨੇ ਐਨਕ ਲਾਉਣੀ ਸੋਹਣੇ ਇੱਥੇ ਲਾਟੂ ਬਣੇ ਹੁੰਦੇ ਸੀ ਉਹਦੇ ਗੱਤਾਂ ਵਿੱਚ ਫਸਿਆ ਜਾਨੀ ਸਾਹਿਬ ਮਸ਼ਵਰਾ ਛੋਟਾ ਜਿਹਾ ਦੇਣਾ ਤਸਵੀਰਾਂ ਤਸਵੀਰ ਖਿੱਚੀ ਇਹਨੂੰ ਮਾਰ ਪਈ ਬੰਦਾ ਲੈ ਕੇ ਜਾ ਰਿਹਾ ਕੱਚ ਚ ਇਹਨੇ ਖਿੱਚ ਲੇ ਟ੍ਰੈਂਡ ਵਾ ਸ਼ੇਰ ਵਾਲਾ ਸ਼ੇਰ ਤੁਸੀਂ ਅੱਗੇ ਬਿਠਾਉਣਾ ਬੱਚਾ ਬਿਠਾ ਕੇ ਤੁਸੀਂ ਅੱਜ ਖਿੱਚ ਕੇ ਰੁਪਈਆ 30 ਲੈ ਲੈਣਾ ਨਹੀਂ ਨਹੀਂ ਓਹੋ ਉਹ ਪੰਗੂੜੇ ਨੇ ਆਉਣਾ ਜਿਹਦੀ ਕੁਰਸੀ ਦੇ ਪਿੱਛੇ ਲਾਹੌਰ ਕਰਾਚੀ ਮੁਲਤਾਨ ਲਿਖਿਆ ਹੁੰਦਾ ਸੀ ਉਹਦੇ ਦਰਮਿਆਨ ਚ ਸਟੇਅਰਿੰਗ ਹੁੰਦਾ ਸੀ ਤੇ ਸਟੇਅਰਿੰਗ ਘੁੰਮਦਾ ਨਹੀਂ ਸੀ ਤੁਸੀਂ ਘੁੰਮਦੇ ਸੀ ਸਟੇਅਰਿੰਗ ਉੱਥੇ ਹੀ ਰਹਿੰਦਾ ਸੀ ਸਾਨੂੰ ਇੰਝ ਲੱਗਦਾ ਸੀ ਅਸੀਂ ਸਟੇਅਰਿੰਗ ਘੁਮਾ ਰਹੇ ਈਦ ਕਾਰਡ ਵੀ ਨਹੀਂ ਦੇ ਜਾਂਦੇ ਓਏ ਈਦ ਕਾਰਡ ਹੋਣੇ ਵੀ ਕਾਰਡ ਲੱਗੇ 2 ਰੁਪਏ ਦਾ 3 ਰੁਪਏ ਦਾ ਹੈ ਉਹਦੇ ਅੰਦਰ ਸ਼ੇਅਰ ਲਿਖਣੇ ਫਿਰ ਉਹਨੂੰ ਪੈਕ ਕਰਕੇ ਦੇ ਕੇ ਆਉਣਾ ਹੁਣ ਕਿੱਥੇ ਉੱਤੇ ਮੈਸੇਜ ਅਗਲੇ ਚੁੱਪ ਕਰਕੇ ਆਰਾਮ ਦੇ ਨਾਲ ਵਟਸਐਪ ਦੇ ਸਟੇਟਸ ਤੇ ਲਾ ਲੈਂਦੇ ਵੀ ਸਾਰਿਆਂ ਨੂੰ ਈਦ ਮੁਬਾਰਕ ਲਾਟੂ ਵੀ ਨਹੀਂ ਰਹੇ ਜਿਹੜਾ ਚਾਬੀ ਵਾਲਾ ਲਾਟੂ ਮਿਲਦਾ ਸੀ ਨਾ ਜਾਨੀ ਸਾਹਿਬ ਉਹ ਜਿਹੜਾ ਐਂਟੀ ਸ਼ੰਡੀ ਦਾ ਸੀ ਸਹੀ ਗੱਲ ਹੈ ਸਹੀ ਗੱਲ ਓਏ ਹੋਏ ਹੋਏ ਚੀਜ਼ਾਂ ਮੁੱਕ ਗਈਆਂ ਐ ਨਿੱਕੇ ਨਿੱਕੇ ਬੱਚਿਆਂ ਨੇ ਗੁੰਮਲੇ ਕੱਢਦੇ ਫਿਰ ਮੈਂ ਚੱਕਦੇ ਹਾਏ ਨਹੀਂ ਨਹੀਂ ਉਹ ਹਾਲੇ ਵੀ ਮਿਲ ਜਾਂਦਾ ਯਾਰ ਵੇਖ ਲੋ ਕੱਲ ਦੀਆਂ ਗੱਲਾਂ ਨੇ ਹਨਾ ਬਈ ਕੀ ਇੰਜ ਕਰਕੇ ਗਲੀ ਚ ਇੱਕ ਬੰਦੇ ਨੇ ਆਉਣਾ ਉਹਨੇ ਇੱਕ ਬਾਂਦਰੀ ਇੱਕ ਕੁੱਤਾ ਫੜਿਆ ਆਉਣਾ ਨਾਲ ਐਡਾ ਕੋਨੇ ਹੈ ਖਿਲਾਰ ਕੇ ਉਹਨੇ ਉੱਤੇ ਯਾਰ ਤੁਸੀਂ ਕੰਧ ਤੇ ਕੋਈ ਤਸਵੀਰ ਤੁਸੀਂ ਲਓ ਖਾਲੀ ਕੰਧ ਬੋ ਕੀਮਾ ਤੁਸੀਂ ਕੋਈ ਸਾਈਡ ਤੇ ਕੁਝ ਈਦ ਕੋਈ ਸਟੀਕਰ ਲਾ ਲੈਂਦਾ ਈਦ ਮੁਬਾਰਕ ਤੇ ਪੈਂਟਰ ਕੋ ਲਹਾ ਲੈਂਦਾ ਵੀ ਈਦ ਮੁਬਾਰਕ ਮੈਂ ਅਸਲ ਦੇ ਵਿੱਚ ਸਫਾਈ ਪਸੰਦ ਖਲੋਤੇ ਖਲੋਤੇ ਸੁੱਕਣੇ ਪੈ ਜਾਣ ਫਿਰ ਉਹਨੇ ਇੰਨਾ ਕ ਸੱਪ ਕੱਢ ਕੇ ਦਿਖਾ ਕੇ ਫਿਰ ਵਿੱਚ ਚਲੋ ਜੀ ਯਾਰ ਈਦ ਤੇ ਉਦੋਂ ਝੰਡੀਆਂ ਲੱਗਣੀਆਂ ਨਹੀਂ
ਇੱਥੇ ਵੀ ਹੁੰਦੇ ਆ ਲੇਕਿਨ ਚਲਾਈ ਦੇ ਸ਼ਬਰਾਤੇ ਈਦ ਹੋਰ ਚੀਜ਼ ਆ ਈਦ ਇੱਕ ਤਿਉਹਾਰ ਆ ਜਿਹੜਾ ਰੱਬ ਨੇ ਸਾਨੂੰ ਦਿੱਤਾ ਖੁਸ਼ੀਆਂ ਦਾ ਸਹੀ ਗੱਲ ਹੈ ਅੱਲਾ ਨੇ ਇਨਾਮ ਦਿੱਤਾ ਵੀ ਰੋਜ਼ੇ ਰੱਖੇ ਨੇ ਉਸ ਤੋਂ ਬਾਅਦ ਖੁਸ਼ੀ ਮਨਾਓ ਸਹੀ ਗੱਲ ਹੈ ਉਹ ਹੁਣ ਵੀ ਸਾਡੇ ਨਾਲ ਦੇ ਸਵੇਰੇ ਵੀ ਪੱਕੀਆਂ ਨਹੀਂ ਛੱਡਦੇ ਰਹਿਣ ਦੇ ਗੱਲ ਛੱਡਦੇ ਇਹ ਗੱਲ ਨਾ ਕਰ ਹੁਣ ਇੱਥੋਂ ਲਿਆ ਤੂੰ ਪੰਜਾਵਾਂ ਦੀਆਂ ਪਕਾ ਲਾ ਇਹਦੇ ਚ ਇੱਡੀ ਪੁਰਾਣੀ ਦੌੜ ਦੀ ਕਿਹੜੀ ਜਾਣਦੇ ਅੱਜ ਵੀ ਸਰ ਦੁਕਾਨ ਤੇ ਸੇਵੀਆਂ ਹੈ ਤੈਨੂੰ ਅਕਲ ਨੀ ਹੈ ਕੀ ਗੱਲ ਕਰਨ ਦੀ ਜਾਂ ਟੈਡੀ ਬਿਸਕੁਟ ਲੱਭ ਕੇ ਦਿਖਾ ਦੇ ਉਹ ਜਿਹੜੇ ਰੁਪਈਏ ਦੇ ਦੋ ਰੁਪਈਏ ਦੇ ਟੈਡੀ ਬਿਸਕੁਟ ਲੈਣੇ ਉਹ ਉਹ ਦੁਕਾਨਦਾਰ ਕਹਿਣਾ ਵੀ ਦੋ ਰੁਪਏ ਦੇ ਨੀ ਮੈਂ ਦੇਣੇ ਉਹਨੂੰ ਕਹਿਣਾ ਕਿਉਂ ਉਹਨੇ ਕਹਿਣਾ ਫਿਰ ਮੈਂ ਦੁਕਾਨ ਚ ਕੀ ਰੱਖਣਾ ਉਹ ਇੰਨੇ ਆ ਜਾਂਦੇ ਸੀ ਦੋ ਰੁਪਏ ਦੇ ਹਾਂ ਚਵਾਨੀ ਚਵਾਨੀ ਲਈ ਜਾਂਦੇ ਸੀ ਲੋਕ ਵਾਹ ਜੀ ਵਾਹ ਵਾਹ ਜੀ ਬੜੀ ਗੱਲ ਆ ਜਾਨੀ ਸਾਹਿਬ ਪਾਰਕ ਜਾਣਾ ਉਹ ਲੰਬਾ ਛਾਪਰ ਦਾ ਪਕਾਨਾ ਲੈ ਕੇ ਉਹ ਵੱਡਾ ਪਕਾਨਾ ਲੈ ਕੇ ਛੱਡਣਾ ਹਾਂ 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 ਤਾਂ ਛੱਡਣਾ ਆਇਆ ਗੱਲ ਹਾਂ ਆਇਆ ਗੱਲ ਮੈਂ ਕਹਿੰਦਾ ਜਾਨੀ ਖਾ ਜਿੱਦਾਂ ਤਰੱਕੀ ਕਰ ਗਈ ਇਹ ਦੁਨੀਆ ਇਹ ਰਿਸ਼ਤਿਆਂ ਦੀ ਕਦਰ ਕੋਈ ਮੁੱਕਦੀ ਨੀ ਜਾਣੀ ਤੇਰੇ ਹਿਸਾਬ ਨਾਲ ਸਵਾਲ ਤਾਂ ਫਾਰਕ ਜੇ ਪੁੱਛਿਆ ਇਹਨੇ ਆਪਾਂ ਜਵਾਬ ਹੀ ਦੇਣਾ ਆਪੀ ਇਹਨੇ ਭੌਂਕ ਭੌਂਕ ਚੁੱਪ ਕਰ ਜਾਣਾ ਲੈ ਜਰਾ ਮੈਂ ਬਾਜ਼ਾਰ ਵਾਲਿਆਂ ਨਾਲ ਈਦ ਊਦ ਮੇਲਾਵਾਂ ਨਾਲੇ ਮੈਂ ਤੇਰਾ ਜੁੱਤੀ ਛੁੱਤੀ ਬਦਲਾਵਾਂ ਇਹੀ ਪਾ ਕੇ ਦੁਬਾਰਾ ਆਉਣਾ ਮੈਂ ਹਾਂ ਅੱਛਾ ਜੁੱਤੀਆਂ ਛੁੱਤੀਆਂ ਦਾ ਹੁਣ ਦਿਲ ਹੀ ਨੀ ਕਰਦਾ ਉਦੋਂ ਨਿੱਕੇ ਨਿੱਕੇ ਹੁੰਦੇ ਆ ਮੈਂ ਬੂਟ ਲੈਣੇ ਤੇ ਕਮੀਜ਼ਾਂ ਪੈਂਟਾਂ ਗੈਲਸਾਂ ਵੀ ਨੀਲੀ ਪੀਲੀ ਵੀ ਪਾਈ ਤੇ ਪਤਾ ਹੀ ਨੀ ਕਿਸੇ ਨੂੰ ਵੀ ਮਤਲਬ ਇਹ ਰੰਗ ਪਾਉਣ ਵਾਲਾ ਨਹੀਂ ਪਾਉਣ ਵਾਲਾ ਬਚਪਨ ਮੇਰੇ ਬਚਪਨ ਕੇ ਦਿਨ ਸੁਹਾਨੇ ਹੁਣ ਭਾਜੀ ਜੁੱਤੀ ਪਾਉਣਾ ਹੈਂਜੀ ਤਸਵੀਰ ਦੇ ਦੇਣਾ ਜੀ ਜਰਾ ਅੱਛਾ ਜੀ ਤੇ ਫ੍ਰੀ ਖਿਚੜੀਆਂ ਵਾ ਤਲੀ ਵੱਡੀ ਕਰਕੇ ਇੱਥੇ ਲਾਉਣੀ ਜਰਾ ਇਹ ਲਓ ਜੀ ਭਾਜੀ ਠਹਿਰ ਜਾ ਇੱਕ ਮਿੰਟ ਆਪਣਾ ਇਹ ਲਓ ਸਰ ਕੈਮਰੇ ਦੀ ਆਵਾਜ਼ ਨੀ ਆਉਂਦੀ ਕੈਮਰੇ ਚੋਂ ਨੀ ਆਵਾਜ਼ ਆਉਂਦੀ ਇਹੋ ਜਿਹੀ ਆਵਾਜ਼ ਤੇ ਕਮਰੇ ਚੋਂ ਆਉਂਦੀ ਹੁੰਦੀ ਚਲੋ ਆ ਰੱਖਦਾ ਜੀ ਲੈ ਜੋ ਨਾਲ ਗਿਫਟ ਹੋ ਗਿਆ ਹੈ ਗਿਫਟ ਹੋ ਗਿਆ ਲੈ ਜੋ ਉਹ ਬੱਚੇ ਹੁਣ ਈਦੀ ਦਾ ਫਿਰ ਕੀ ਕਰ ਈਦੀ ਆ ਕੇ ਦੇਣਾ ਮੈਂ ਅੱਛਾ ਹਾਂ ਤਾਜੀ ਚਾਹ ਉੱਥੇ ਈਦੀ ਦਾ ਮੈਂ ਮੈਂ ਕਰਦਾ ਮੈਂ ਗੱਡੀ ਮੰਗਾਉਣਾ ਈਦੀ ਦੀ ਉਹ ਚ ਪਾ ਕੇ ਤੁਹਾਨੂੰ ਮੈਂ ਦੁਬਈ ਸੇ ਅਭੀ ਆ ਰਹਾ ਹੂੰ ਮੈਂ ਚਾਚੇ ਖਾਂ ਇਹਨੂੰ ਨਜ਼ਰ ਨੀ ਆ ਰਿਹਾ ਨਜ਼ਰ ਆ ਰਿਹਾ ਇੱਕ ਮਿੰਟ ਪਹਿਲੇ ਮੇਰੀਆਂ ਤਾਰਾਂ ਲੱਗੀਆਂ ਸੀ ਸਿੱਧੇ ਲੰਘ ਗਿਆ ਪੇਟੀਆਂ ਲਾ ਕੇ ਇੰਨਾ ਘੱਟਾ ਨਿਕਲ ਚਾਚਾ ਧਿਆਨ ਨਾਲ ਜੇਬੀਆਂ ਬਚਾ ਕੇ ਓ ਖੈਰ ਮੁਬਾਰਕ ਖੁਸ਼ੀ ਨੀ ਹੋਈ ਤੈਨੂੰ ਮਿਲ ਕੇ ਕਾਲੂ ਓ ਇੱਕ ਮਿੰਟ ਯਾਰ ਮੈਂ ਨਹੀਂ ਜਿੱਦਾਂ ਘੱਟਾ ਨਿਕਲਿਆ ਨਾ ਪੈਂਟ ਕੋਟ ਚੋਂ ਕੋ ਫਰਕ ਪਿਆ ਵਾ ਯਾਰ ਮੈਂ ਬਿਜ਼ਨਸ ਦੇ ਸਿਰਸੇ ਜੀ ਬਾਹਰ ਚਲਾ ਗਿਆ ਹਕੀਮਾ ਬੱਚੇ ਨੂੰ ਕੁੰਡੀ ਨਾ ਲਾਇਆ ਤੁਹਾਡਾ ਪਿਓ ਬਾਹਰ ਗਿਆ ਵਾ
ਉਹੀ ਗੱਲਾਂ ਭੈੜੀਆਂ ਇੱਥੇ ਰਹੇ ਨਾ ਤੁਸੀਂ ਉਹੀ ਗੱਲਾਂ ਜਿਗਤਾਂ ਮਜ਼ਾਕ ਹੈ ਸਹੀ ਗੱਲ ਸਹੀ ਇਹ ਦੇਖੋ ਐਟੀਟਿਊਡ ਦੇ ਚੈੱਕ ਕਰ ਇਦਾਂ ਦੇ ਬੰਦੇ ਈਦ ਵਾਲੇ ਦਿਨ ਟਰਾਲੀ ਮਿੱਟੀ ਦੀ ਸਟਾ ਲੈਂਦੇ ਸਾਰੀ ਈਦ ਜਿਹੜੀ ਮਿੱਟੀ ਢੋ ਢੋ ਕੱਢ ਲੈਂਦੇ ਹੈ ਇਹੋ ਜਿਹੇ ਬੰਦੇ ਈਦ ਵਾਲੇ ਦਿਨ ਕਰਦੇ ਨੂੰ ਕਹਿੰਦੇ ਉਹ ਰਾਤ ਦੀ ਰੋਟੀ ਨੂੰ ਲਾ ਦੋ ਫਿਰ ਕਿਉਂ ਮੈਨੂੰ ਇਦਾਂ ਦੇ ਬੰਦੇ ਤੇ ਬੱਚਿਆਂ ਨੂੰ ਲੋਕ ਕਹਿ ਰਹੇ ਹੁੰਦੇ ਉਹ ਆਪਣੇ ਪਾਪਨ ਦਾਸ ਈਦ ਆ ਕੇ ਉਹਦੇ ਦਿਨ ਚੱਲੇ ਵੀ ਰੋਜ਼ੇ ਆ ਬਹੁਤ ਸਿੱਧੀ ਜੱਫੀ ਪਾਉਂਦੇ ਤੇ ਇੱਕ ਅੱਧਾ ਗਿਆ ਸੀ ਹਕੀਮ ਸਾਹਿਬ ਮੇਰੇ ਇੱਥੇ ਨਾ ਫੋੜਾ ਨਿਕਲਿਆ ਸਾਫ ਲਾਇਆ ਹੁੰਦਾ ਵੀ ਬਰਛੱਤੀ ਜਿਹੜੀ ਨਾ ਈਦ ਤੇ ਸਾਫ ਕਰਨੀ ਨਿਆਣੇ ਈਦ ਪੜ ਕੇ ਆਉਂਦੇ ਨੇ ਯਾਰ ਪੁੱਤਰ ਤੇਰਾ ਕੁੜਤੇ ਪਾ ਲਾ ਘੰਟਾ ਕੁ ਲੱਗਣਾ ਫਿਰ ਤੂੰ ਲੈਣ ਆ ਜਾ ਈਦ ਬਾਹਰ ਯਾਰ ਖੜੇ ਤੇ ਬਰਛੱਤੀ ਚ ਵਾੜਿਆ ਹੁੰਦਾ ਉਹ ਵੀ ਫੜਾ ਮੂੜਾ ਕਿਉਂ ਫੜਾ ਵੀ ਕੱਢ ਪਾ ਰਹੇ ਵੀ ਖਾ ਲੋ ਆਪਣੇ ਬੱਚਿਆਂ ਨੂੰ ਫੋਨ ਕਰਕੇ ਕਹਿਣ ਡਿਆ ਉਹ ਕਹਿੰਦਾ ਘਰ ਆ ਜਾਓ ਵਾਸ਼ਿੰਗ ਮਸ਼ੀਨ ਦਾ ਫੁੱਲ ਬਦਲ ਲਾ ਵਾ ਸੁਣਾ ਕੀ ਮੈਂ ਆ ਵੇਚ ਕੇ ਵਰਤ ਕੇ ਚਲਾ ਗਿਆ ਦੁਬਈ ਹਾਂਜੀ ਡਾਲਰ ਐਕਸਚੇਂਜ ਨੀ ਹੋਏ ਇੱਥੇ ਡਾਲਰ ਨੀ ਐਕਸਚੇਂਜ ਹੋਏ ਸਹੀ ਸਹੀ ਡਾਲਰ ਐਕਸਚੇਂਜ ਨੀ ਹੋਏ ਹਾਂਜੀ ਸਹੀ ਗੱਲ ਹੈ ਅਮਰੀਕਾ ਨੇ ਪਰਚਾ ਕਰਾਤਾ ਉਹ ਕਹਿੰਦਾ ਯਾਰ ਕਾਲੂ ਦੇ ਹੱਥ ਤੱਕ ਵੀ ਪਹੁੰਚ ਗਏ ਡਾਲਰ ਯਾਰ ਡਾਲਰ ਤੇ ਜਿਹੜੀ ਫੋਟੋ ਨੀ ਬਣੀ ਉਹਨੇ ਇੰਜ ਕਰ ਲਿਆ ਕਹਿੰਦਾ ਯਾਰ ਕਾਲੂ ਤੂੰ ਦਾ ਕਰੀਆ ਕੰਮ ਅੱਛਾ ਕਿਤੇ ਨੀ ਡਾਲਰ ਚੱਲਿਆ ਤੇ ਉਹਦੀ ਆ ਮਰੋੜੀ ਚ ਬਣਾ ਕੇ ਦਹੀਂ ਖਾਣ ਡਿਆ ਅੱਛਾ ਯਾਰ ਉਹ ਬਾਹਰ ਦੀਆਂ ਗੱਲਾਂ ਉਸਤਾਦ ਜੀ ਕਾਰ ਤੇ ਆਇਆ ਕਾਰ ਤੇ ਅੰਦਰ ਕਲੱਬ ਉਹਨੇ ਮਿਲੀ ਉਹ ਬਾਹਰ ਬੱਚੇ ਮੈਂ ਵੇਖ ਲਈ ਬਾਹਰ ਦੇਣੀ ਤੇਰੀ ਕਾਰ ਖੜੀ ਮੈਂ ਤੇਰੀ ਕਾਰ ਵੇਖ ਲਈ ਆ ਬੇਟਾ ਉਹਦਾ ਮਰਗਾੜ ਵੀ ਸਹੀ ਕਰਾ ਠੀਕ ਆ ਅੱਛਾ ਉਹ ਤੂੰ ਹੁਣ ਇੰਜ ਖਿਲਾਰੀ ਨਾ ਐਸ ਰੁਕ ਉਹਦਾ ਸਿਰਫ ਅਗਲਾ ਹਿੱਸਾ ਐਸ ਰੁਕ ਆ ਉਧਰੋਂ ਵੇਖੋ ਤੇ ਐਸ ਰੁਕ ਆ ਯਾਨੀ ਟੂ ਸਾਈਡਡ ਕਾਰ ਆ ਇਹਦੇ ਕੋ ਇੰਜ ਖਲੋਤੀ ਨਾ ਤੁਸੀਂ ਇੰਜ ਵੇਖੋਗੇ ਤੇ ਐਨੂ ਆ ਸੇਮ ਤੁਸੀਂ ਉਧਰ ਜਾ ਖਲੋਤੋਗੇ ਤੇ ਐਨ ਹੁੰਦੀ ਇਹ ਕਿਹੜੀ ਕਾਰ ਆਜ਼ਾਦਾਨਾ ਕਾਰ ਨੀ ਬੇਟੇ ਉਹਦਾ ਬੈਲੈਂਸ ਕਰਾ ਅੱਲਾ ਮਾਫੀ ਦੇਵੇ ਡਰਾਈਵਰ ਇੰਜ ਬੈਠਾ ਹੁੰਦਾ ਜਿਹੜੀਆਂ ਪਿੱਛੇ ਸਵਾਰੀਆਂ ਬੈਠੀਆਂ ਉਹ ਇੰਜ ਬੈਠੀਆਂ ਹੁੰਦੀਆਂ ਇੰਜ ਕਰਕੇ ਹੋਈ ਕਾਰ ਤੇਰੀ ਐਲ ਸ਼ੇਪ ਪਿਛਲੀ ਈਦ ਤੋਂ ਲੈ ਕੇ ਹੁਣੀ ਤੱਕ ਕੀ ਚੇਂਜਿੰਗ ਆਈ ਤੇਰੇ ਚ ਕੁਛ ਨੀ ਫਿਰ ਲੱਖ ਲਾਣਾ ਤੇਰੇ ਤੇ ਚੇਂਜਿੰਗ ਕੀ ਲਿਆਉਣੀ ਹੈ ਜੀ ਦੁਬਈ ਗਏ ਆ ਉੱਥੇ ਫੇਰੇ ਤੁਰੇ ਆ ਹਕੀਮ ਬਾਦਸ਼ਾਹ ਉੱਥੇ ਫੇਰੇ ਤੁਰੇ ਆ ਫੇਰੇ ਤੁਰ ਕੇ ਵਾਪਸ ਆਏ ਦੁਬਈ ਐਵੇਂ ਨਾ ਹੁਣ ਬਹੁਤਾ ਨਾ ਦੁਬਈ ਜਾਈ ਏਦਾਂ ਹੀ ਦੋ ਤਿੰਨ ਵਾਰੀ ਜਾ ਕੇ ਨਾ ਬਾਅਦ ਚ ਪਾਸਪੋਰਟ ਬਣਵਾ ਲਈ ਆਪਣਾ ਰਾਸ਼ਨ ਕਾਰਡ ਤੇ ਚਲਾ ਗਿਆ ਤੂੰ ਤੇ ਏਦਾਂ ਤਾਂ ਬੰਦਾ ਈਦ ਵਾਲੇ ਦਿਨ ਵੀ ਚੁਰੀ ਲੈ ਕੇ ਸਾਲੇ ਦੇ ਮਗਰ ਹੁੰਦਾ ਮੇਰੀ ਜੁੱਤੀ ਪਾ ਕੇ ਕਿਉਂ ਗਿਆ ਇਹੋ ਜਿਹਾ ਬੰਦਾ ਇਹੋ ਜਿਹਾ ਪਿਓ ਈਦ ਵਾਲੇ ਦਿਨ ਮੋਟੇ ਸ਼ੀਸ਼ੇ ਵਾਲੀ ਐਨਕ ਲਾ ਕੇ ਨਾ ਥੱਲੇ ਦੋ ਮੇਜ਼ ਰੱਖ ਕੇ ਉੱਤੋਂ ਹੋਲਡਰ ਚੋਂ ਕਰੰਟ ਖਾ ਲੈਂਦਾ ਮਤਲਬ ਉੱਤੋਂ ਥੱਲੇ ਆਉਂਦਾ ਮੁੜ ਕੇ ਮਤਲਬ ਫਿਰ ਲੋਕੀ ਕਹਿੰਦੇ ਯਾਰ ਈਦ ਦਾ ਦਿਨ ਸੀ ਠਹਿਰ ਹੀ ਜਾਂਦਾ ਦੋ ਦਿਨ ਅੱਛਾ ਇਹੋ ਜਿਹੇ ਬੰਦੇ ਨਾ ਈਦ ਵਾਲੇ ਦਿਨ ਆਪਣੀਆਂ ਸਾਰੀਆਂ ਦਵਾਈਆਂ ਇਕੱਠੀਆਂ ਕਰ ਰਹੇ ਹੁੰਦੇ ਵੀ ਸੁੱਟਣੀਆਂ ਕਿਹੜੀਆਂ ਤੇ ਰੱਖਣੀਆਂ ਕਿਹੜੀਆਂ ਹਾਂ ਅੱਛਾ ਇਹੋ ਜਿਹੇ ਬੰਦੇ ਨਾ ਪੂਰਾ ਸਾਲ ਬੈਠਣਾ ਹਿਸਾਬ ਲਾਈ ਜਾਂਦੇ ਕਿ ਈਦ ਵਾਲੇ ਦਿਨ ਕਰਨਾ ਕੀ ਕੀ ਆ ਕਈ ਹੁੰਦੇ ਨਾ ਸਿਆਣੇ ਘਰ ਦੇ ਉਹ ਵੀ ਦੇਖੀ ਜਾਣਗੇ ਰਾਤ ਨੂੰ
ਸੋਚ ਬਦਲਣਾ ਕਿਸ ਦਿਨ ਟਾਈਮ ਨਿਕਲ ਗਿਆ ਨਾ ਇਹਦਾ ਰੋਜ਼ ਹੀ ਸਿਆਪਾ ਈਦ ਤੇ ਸਹੀ ਉਹਨਾਂ ਨੇ ਹਿਸਾਬ ਲਾਇਆ ਹੁੰਦਾ ਇੱਦਾਂ ਦੇ ਚਾਚੇ ਹੁੰਦੇ ਘਰ ਐਵੇਂ ਹੋਲਡਰ ਵੱਲ ਵੇਖੀ ਜਾਣਾ ਐਵੇਂ ਤਸਵੀਰ ਵੇਖੀ ਜਾਣੀ ਐਵੇਂ ਕੋਈ ਚੀਜ਼ ਉਹ ਤਾਂ ਸਾਰੇ ਕੰਮ ਫਿਰ ਈਦ ਤੇ ਕਰ ਲੈਣੇ ਉਹ ਤੇਰੇ ਅਰਗੇ ਬੇਟਾ ਬਾਬੇ ਤੂੰ ਏਦਾਂ ਹੀ ਬਾਬਾ ਹੋਣਾ ਇਹਦੇ ਅਰਗੇ ਬਾਬੇ ਨੇ ਈਦ ਵਾਲੇ ਦਿਨ ਬਿਸਕੁਟ ਤੇ ਨਟ ਇਕੱਠੇ ਪਾਏ ਹੁੰਦੇ ਇੱਕ ਜੇਬ ਚ ਬਾਬੇ ਹੁੰਦੇ ਸਾਡੇ ਜੋੜ ਲਾ ਗੱਲਾਂ ਹੈ ਨੀ ਘਰ ਜਾਨੀ ਸਾਹਿਬ ਕਾਲੂ ਨਾ ਸੱਸ ਦੇ ਪਰਸ ਚ ਨਾ ਚਾਹਤ ਪੰਪ ਆ ਕੇ ਉਹਨੂੰ ਕਹਿਣਾ ਤੈਨੂੰ ਇੱਥੇ ਬਹੁਤ ਖਤਰਾ ਬਦਲ ਜਾ ਇੱਥੋਂ ਨਿਕਲ ਜਾ ਆਵਾਜ਼ ਦੇਖਿਆ ਕੈਮਰੇ ਦੀ ਕੈਸੀ ਆਵਾਜ਼ ਤੁਸੀਂ ਸਿਰਫ ਨੱਚਣਾ ਸੀ ਚਾਚਾ ਵੀ ਕੀ ਮਜ਼ਾ ਹੋਣਾ ਯਾਰ ਯਕੀਨ ਪਰ ਇਹੋ ਜਿਹਾ ਜਾਨੀ ਖਾ ਕਿਹੜਾ ਕੰਮ ਹੋਇਆ ਈਦ ਵਾਲੇ ਦਿਨ ਵੀ ਮੇਰਾ ਚੂਲਾ ਤੋੜ ਕੇ ਰੱਖ ਦਿੱਤਾ ਚੱਲ ਕੋਈ ਨੀ ਹਕੀਮ ਗੁੱਸਾ ਨਾ ਕਰ ਯਾਰ ਮੈਂ ਇੱਕ ਹੋਰ ਜਾਨ ਸਾਹਿਬ ਮੈਂ ਕਹਿੰਦੇ ਸਾਰੇ ਪੈਸੇ ਪਾਓ ਰਾਤ ਨੂੰ ਹਕੀਮ ਸਾਹਿਬ ਵੱਲ ਖਾਣਾ ਖਾ ਚਲੀਏ ਬਰਿਆਨੀ ਪਕਾਈਏ ਉੱਧਰ ਪੈਸੇ ਕਾਹਦੇ ਪਾਉਣੇ ਫੇ ਜਦੋਂ ਬਰਿਆਨੀ ਹਕੀਮ ਵੱਲੋਂ ਖਾਣੀ ਤੇ ਪੈਸੇ ਕਾਹਦੇ ਪਾਉਣੇ ਬਰਿਆਨੀ ਹਕੀਮ ਕੋਲੋਂ ਖਾਣੀ ਉਹ ਤਾਂ ਉੱਥੇ ਬੜਾ ਖਰਚਾ ਹੋ ਜਾਣਾ ਹੈ ਹਾਂ ਆਪਣੇ ਘਰ ਹੋਣਾ ਚਾਹੀਦਾ ਸਿਆਣੇ ਕਹਿੰਦੇ ਈਦ ਆਪਣੇ ਘਰ ਕਰੋ ਜਿਹੜੇ ਵਿਚਾਰੇ ਸਾਡੇ ਬਾਹਰ ਦੇ ਮੁਲਕਾਂ ਚ ਗਏ ਇਸ ਟਾਈਮ ਪਤਾ ਕਿੰਨਾ ਉਹਨਾਂ ਦਾ ਦਿਲ ਦਖਣਾ ਡਾਲਰ ਉਹਨਾਂ ਦੇ ਕੋਲ ਨੇ ਪੈਸੇ ਉਹਨਾਂ ਦੇ ਕੋਲ ਨੇ ਲੇਕਿਨ ਵਿਚਾਰੇ ਇਸ ਟਾਈਮ ਕੀ ਮਹਿਸੂਸ ਕਰਦੇ ਹੋਣਗੇ ਵੀ ਸਾਡੇ ਨਾਲੋਂ ਇਦਾਂ ਦੇ ਬੰਦੇ ਜਿਹੜੇ ਚੰਗੇ ਆਪਣੇ ਘਰ ਤੇ ਚੱਲਣਾ ਇਹਨਾਂ ਨੇ ਹੁਣੇ ਭਾਈ ਜਾਨ ਬੜੀ ਗੱਲ ਆ ਆ ਮੈਂ ਸਰਦੂਲ ਸਿਕੰਦਰ ਪਾਉਣ ਲੱਗਾ ਵਿੱਚ ਸਹੀ ਗੱਲ ਆ ਚੱਲ ਕੋਈ ਈਦ ਦੀ ਕੋਈ ਈਦ ਦਾ ਥੋੜਾ ਸੁਣਾ ਜੀ ਈਦ ਲਫ਼ਜ਼ ਹੋਵੇ ਫਿਰ ਐਂਡ ਤੇ ਇਸਤਰੀ ਵੀ ਕੋਈ ਚੰਗੀ ਜੀ ਵਿਖਾਈ ਲੈ ਵੀ ਹੁਣ ਤੁਸੀਂ ਮੈਨੂੰ ਇਹ ਦੱਸੋ ਆਪਣੀ ਇਮਾਨਦਾਰੀ ਨਾਲ ਦੱਸਣਾ ਜੀ ਈਦ ਵਾਲੇ ਦਿਨ ਜਿਹੜਾ ਨਹੀਂ ਨਾਤਾ ਬਾਕੀ ਪੂਰੇ ਸਾਲ ਚ ਕੋਈ ਤਵੱਕੋ ਕਰ ਸਕਦੇ ਤੁਸੀਂ ਕਦੀ ਵੀ ਦਵਾਈ ਬਈ ਈਦ ਇਹਦਾ ਕੱਖ ਨੀ ਵਿਗਾੜ ਸਕਦੀ ਯਕੀਨ ਕਰ ਈਦ ਦੇ ਅੱਗੇ ਸੀਨਾ ਤਾਣ ਕੇ ਖਲੋਤਾ ਪਾਣੀ ਤੋਂ ਬਹੁਤ ਡਰਦਾ ਜਾਨੀ ਸਾਹਿਬ ਇਹਨੂੰ ਆਂਸੂ ਵੀ ਪੁਛਾਉਂਦੇ ਆ ਢੇਲੇ ਵਾਲੇ ਆਂਸੂ ਆਉਂਦੇ ਸੁਣਾ ਕੋ ਥੋੜਾ ਜਿਹਾ ਜ਼ਰਾ ਮਾਹੌਲ ਬਣੇ ਇੱਧਰ ਢੋਲਕ ਹੈ ਇੱਧਰ ਕੋ ਤੁਹਾਡੀ ਹੁੰਦੀ ਵੱਡੀ ਹੋਣੀ ਸੀ ਉਹ ਤੇ ਏਦਾਂ ਗੋਲ ਜਿਹਾ ਹੁੰਦਾ ਚਾਚੇ ਖਾ ਦੇਖੀ
उधर दूजी साइड भी दिखा, उधर भी। निका जिया ढोला सोना जिया ढोला सानू लगना है ढेर प्यारा तू रखिया दारे तारा खुदा दी कसम शो थड़ रे जानी की चार ते लड़द भेज रिकॉर्डिंग छड़ दे ईद छड़ दे कसम रब दी जफी पा के हमक तो पुरानिया खुशबुआ देती तेन ऐश कर ओरे आ जा जेल भुगत आया मैं तू कोई काम ऐसा जिंदगी च करदा ही नहीं तेनू तो कोई पिछले कमरे च बंद करके गोबर कुंडी नहीं लाउंदा तेनू तो कितने जेल दे विच भाजता उन्होंने ना तू ना कतलां दे ना रौलियां दे तेरा वध तो वध रौला किसे दा रस खोलिया किसे दी चिगम जड़ी जूठी खा ली ए असल च तू जेलों आ गया हुण हुण पक्का पक्का आ गए हुण जेड़े उत्थे बाकी ने ना ईद उन्हां दी अज सही गल है सही बह जा मौ या सरकार बह जा बह जा बड़ी चेंजिंग आ गई है जानी बादशाह मार्केट च ला भी यार तू पूरा आ गया ना इत्थे जे फटा लम्मा हुंदा मैं तैनूं कहणा सी थोड़ा परे हो जा यकीन कर किदा फिरदा आ रहा कितों फिरदा आ रहा यार ईद किदा लंघ रही है ईद मजेदार अच्छा जी मैं कहना क्या बात है हर बच्चे ना अपनी सुलह हो गई है बच्चे ना हर बच्चे ना सुलह हो गई सब ईद दित्ती मछिया वंडिया बिस्कुटा दे पैकेट दिते ए नहीं मुकड़े तेरे दुश्मन इत्थे जा आ हस्पताल च रोज तीन चार तेरे दुश्मन नवे पैदा हो रहे हैं पूरी दुनिया च हर सेकंड विच छे दुश्मन तेरे पैदा हो रहे हैं एक बच्चा फीडर पीन दिया ते रौला पाता केंदा पिन कड्ढ लगा बंब दी हां 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 यूसी आया ते बहार आ गईया यूसी आया ते बहार आया आ गईया हां सही यार ठहर बहार स्लो कर थोड़ियां जियां टूट डंडे खान पीने का कोई बंदोबस्त नहीं करना होना भी नहीं 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 चाह पिया है यूसी नू चाह पीनी हो हां स्लेट तो रख के ले
ਯੂਸੀ ਦੇ ਨਾਰੇ ਵੀ ਅਜੀਬ ਨੇ, ਜਿੱਥੇ ਪੈਰ ਉੱਥੇ ਪੈਨਸਲ। ਯੂਸੀ ਰੰਗ ਦੀ ਚਾਹ ਬਣਾ ਕੇ ਲਿਆ ਕਾਕਾ ਮੇਰੇ ਲਈ। ਨਾ ਬੋਲੇ ਕਿੱਡਾ ਪਾਟਾ ਨੂੰ ਹੈ ਤੇਰਾ। ਯੂਸੀ ਮਹੱਲੇ ਚ ਕਹਿੰਦਾ ਭਾਜੀ ਨਰ ਬਲਕਿ ਸ਼ਾਪ ਨਰ ਬੰਦੇ ਹਾਂ ਅਸੀਂ। ਲੈ ਬਈ ਯੂਸੀ ਦੀ ਖਿਦਮਤ ਕਰੋ, ਦੂਰ ਦੂਰ ਰਹਿ ਕੇ ਜ਼ਰਾ, ਜਿਹੜਾ ਇਹਦੇ ਲਾਗੇ ਆ ਫਿਰ ਨਾ ਕਹਿਣਾ ਵੀ ਇਹਨੇ ਖਿਦਮਤ ਕਰਤੀ ਉਹਦੀ। ਸਹੀ ਗੱਲ ਯਾਨੀ ਮੈਂ ਅੱਛਾ ਰਾਤ ਤੇਰੇ ਵਾਲੀ ਅੱਜ ਮੈਂ ਨਾਜ਼ਰੀ ਨੂੰ ਕਿ ਹਮ ਇਸ ਵਕਤ ਈਦ ਕਾ ਸ਼ੋਅ ਕਰ ਰਹੇ ਜ਼ਰਾ ਥੋੜਾ ਜਿਹਾ। ਨਾਜ਼ਰੀਨ ਇਸ ਟਾਈਮ ਅਸੀਂ ਈਦ ਦਾ ਸ਼ੋਅ ਕਰ ਰਹੇ ਹਾਂ ਜਾਨੀ ਬਾਦਸ਼ਾਹ ਦੀ ਮਾਰਕੀਟ ਦੇ ਵਿੱਚ, ਤੇ ਤੁਹਾਡੇ ਨਾਲ ਤੁਹਾਡਾ ਆਪਣਾ ਯੂਸੀ ਬਦਮਾਸ਼ ਜਿਹਨੂੰ ਅੱਜ ਇਸ ਮਾਰਕੀਟ ਦੇ ਵਿੱਚ ਚਾਹ ਵੀ ਲੱਭੀ ਏ ਤੇ ਮੁੰਡਾ ਬਿਸਕੁਟ ਲੈਣ ਵੀ ਗਿਆ ਏ। ਯੂਸੀ ਆਇਆ ਜਾ ਕੇ ਨਾਲ ਦੁਕਾਨ ਤੋਂ ਭੋਰਾ, ਉਹਨੂੰ ਕਿਹਾ ਵੀ ਟਾਇਰ ਕੱਟੇ ਦੇ ਉੱਤੇ ਮਾੜੀ ਜਿਹੀ ਕੈਚਪ ਪਾ ਦੇ, ਉਹ ਖਾ ਲੋਗੇ ਕੀ ਕਰਨਾ। ਮੈਂ ਇਹਦੇ ਲਈ ਮੈਲ ਫਰਾਈ ਕਰਵਾ ਕੇ ਲਿਆਉਣਾ। ਡਰਿਆ ਕਰ ਨਿਆਣਿਆਂ ਤੋਂ, ਨਾਲੇ ਕਹਿੰਦਾ ਸੁਲਾ ਹੋ ਗਈ। ਅੱਗੇ ਭਾਜੀ ਫੇਰ ਹੁਣ ਤੈਨੂੰ ਦੱਸੂਗੇ। ਇਮਲੀ ਨਿਕਲ ਜਾ, ਪਤਾ ਕਿ ਪੰਜ ਛੇ ਬੱਚਿਆਂ ਦੀ ਨਫ਼ਰੀ ਫਿਰਨ ਦਈ ਆ, ਯਕੀਨ ਕਰ। ਔਰ ਰੌਣ ਤੇ ਆ, ਮੈਂ ਸਹੀ ਕਹਿ ਰਿਹਾ। ਉਹ ਪਤਾ ਕਿ ਸਾਨੂੰ ਫਿਰ ਇੱਥੇ ਨਿਕਲ ਕੇ ਰੋੜੇ ਅੰਦਰ ਮਾਰ ਦੇ ਤੇਰੇ ਜਾਣ ਤੋਂ ਬਾਅਦ ਵੀ। ਸਹੀ ਗੱਲ, ਉਹਨਾਂ ਨੇ ਮਿਸ਼ਨ ਬਣਾਇਆ ਸੀ ਵੀ ਈਦ ਤੇ ਮੂੰਹ ਤੇ ਸਿਆਹੀ ਮਾਰ ਕੇ ਇਹਨੂੰ ਫੜਨਾ ਹੈ। ਸਹੀ ਗੱਲ, ਬਰੇ ਦਿਨਾਂ ਦੇ ਤੁਹਾਨੂੰ ਕਹੋ ਕਿ ਅੱਜ ਦਾ ਦਿਨ ਟੱਪ ਜਾਓ, ਕੱਲ ਤੋਂ ਸ਼ੁਰੂ ਕਰ ਲਈਓ ਭਾਈ। ਉਹਨਾਂ ਨੂੰ ਛੁੱਟੀਆਂ ਅਗਲਿਆਂ ਨੇ ਕਰਨੀ ਮੌਜ ਬਹਾਰ। ਤੁਹਾਨੂੰ ਇੱਕ ਘੁੱਟਣੀ ਚਾਹ ਦਾ ਲਾਇਆ, ਮੈਂ ਆਪਣੇ ਬੁੱਲਾਂ ਤੋਂ ਆਪ ਨਫ਼ਰਤ ਆਉਣ ਡਈ ਹੋ ਵੇਖੋ। ਪੀ ਪੀ ਕੋਈ ਗੱਲ ਨਹੀਂ। ਅੱਛਾ ਯੂਸੀ ਖਾਨ ਯਾਨੀ ਜੇਲ੍ਹ ਕੱਟ ਕੇ ਆਇਆ ਫਿਰ? ਹੈਂ, ਪੂਰੇ ਮਹੀਨੇ ਦੀ ਜੇਲ੍ਹ? ਜੇਲ੍ਹ ਕੱਟੀ ਸੈਂਟਰ ਜੇਲ੍ਹ, ਸੈਂਟਰਲ ਜਾਂ ਸਾਈਡ ਵਾਲੀ? ਇਹ ਪੱਕੀ ਗੱਲ ਕਰੀ, ਇੱਕ ਗੱਲ ਕਰ, ਸਾਈਡ ਵਾਲੀ ਜਾਂ ਸੈਂਟਰ? ਸਾਈਡ ਵਾਲੀਆਂ ਜੇਲ੍ਹਾਂ 'ਚ ਮਾੜੇ ਮੁਜਰਮ ਰਹਿੰਦੇ ਆ। ਹਾਂ ਹਾਂ ਸਹੀ ਹੈ, ਯੂਸੀ ਸੈਂਟਰ ਜੇਲ੍ਹ 'ਚ ਸੀ। ਸਹੀ ਗੱਲ, ਉਹਨਾਂ ਸੈਂਟਰ 'ਚ ਕਿਉਂਕਿ ਬੰਦੇ ਸਾਈਡਾਂ ਵਾਲੇ ਜਿਹੜੇ ਆ ਉਹ ਨਹੀਂ ਇਹਦੇ ਨਾਲ ਰਹਿ ਸਕਦੇ। ਯੂਸੀ ਵੀਰੇ, ਚਾਹ ਪੀ ਕੇ ਨਿਕਲਣ ਵਾਲੀ ਗੱਲ, ਤਿੰਨਾਂ ਪਹੀਆਂ ਵਾਲੇ ਸਾਈਕਲਾਂ 'ਤੇ ਗੈਂਗ ਫਿਰ ਰਹੀ। ਅੱਛਾ ਫਿਰ ਜੇਲ੍ਹ ਦੇ ਵਿੱਚ ਫਿਰ ਕਿੱਦਾਂ ਟਾਈਮ ਕੱਢਿਆ? ਕਿੱਦਾਂ ਵੀ ਨਹੀਂ, ਤਿੰਨ ਚਾਰ ਬੰਦੇ ਉੱਥੇ ਸੀ। ਉਹਨਾਂ ਨੂੰ ਮੈਂ ਕਿਹਾ ਮੇਰੇ ਲੱਤਾਂ ਬਾਵਾ ਗੁੱਟੋ, ਉਹਨਾਂ ਨੇ ਕਿਤੇ ਦਹਿਸ਼ਤਗਰਦੀ ਦੇਖੀ ਸੀ ਮੇਰੀ ਪਹਿਲੋਂ। ਸਹੀ ਗੱਲ, ਅੱਛਾ ਉਹਨਾਂ ਵੀ ਦੇਖੀ ਸੀ? ਹਾਂ, ਸੇਵਾ 'ਚ ਟਾਈਮ ਗੁਜ਼ਰਿਆ। ਉਹਨਾਂ ਨੂੰ ਵੇਖ ਗਈ ਤੇਰੀ ਦਹਿਸ਼ਤਗਰਦੀ? ਹਾਂਜੀ ਬਾਬਾ ਬਰਾਉਨ, ਬਾਬਾ ਰੋਸ਼ਨੀ ਹੋਣੀ ਜੇਲ੍ਹ 'ਚ ਫਿਰ। ਅੱਛਾ ਫਿਰ ਯੂਸੀ ਨਿਕਲ। ਹੁਣ ਕੀ ਹੋਇਆ? ਉਹ ਦੁਸ਼ਮਣਾਂ ਨੇ ਵਾਕਰਾਂ ਦੇ ਮੂੰਹ ਐ ਨੂੰ ਕਰ ਲਏ। ਆਲੇ ਦੁਆਲੇ ਤੇਰੇ ਲੋਕੀ ਜਿਹੜੇ ਆ ਕੁੱਟਣ ਨੱਪਣ ਵਾਲੇ ਤੈਨੂੰ? ਹਾਂ, ਉੱਥੇ ਸਾਰੇ ਆਪਣੇ ਡਰਨੇ ਨਾਲ ਸ਼ਿਗਰਦ ਹੋਣ ਲੱਗ ਪਏ। ਕੋਈ ਕਹਿੰਦਾ ਮੈਨੂੰ ਟੋਕਾ ਚਲਾਉਣਾ ਸਿਖਾ, ਕੋਈ ਕਹਿੰਦਾ ਮੈਨੂੰ ਬਦਮਾਸ਼ੀ ਸਿਖਾ, ਕੋਈ ਕਹਿੰਦਾ ਕਬਜ਼ਾ ਲੈਣਾ ਸਿਖਾ, ਕਿਸੇ ਨੇ ਇਹ ਨਹੀਂ ਕਿਹਾ ਮੈਨੂੰ ਬਾਂਸ ਚਲਾਉਣਾ ਸਿਖਾ। ਟਮਕੌਰ ਸਿੱਧੀ ਵੱਜ ਰਹੀ ਹੈ ਉਹਦਾ ਕੁਛ। ਅੱਛਾ ਫਿਰ ਕੀ ਹੋਇਆ? ਟਮਕੌਰ ਮਸਲਨ ਨਹੀਂ, ਵੈਸੇ ਗੱਲ ਕਰਨ ਡਿਆ ਨਾ, ਤੇਰਾ ਮਸਲਾ ਵੀ ਹੈ ਨਾ ਛੋਟਾ ਜਿਹਾ। ਇੱਥੇ ਹਾਲੇ ਤੱਕ ਬੈਠਾ ਤੂੰ, ਫੇਰ ਮੈਂ ਕਿਹਾ ਨਿਕਲ ਜਾ, ਦੁਸ਼ਮਣ ਆ ਰਹੇ ਨੇ। ਤੇ ਕੋਈ ਰੌਲਾ ਨਹੀਂ ਸਾਡੇ ਕੋਲ, ਆਪਣੇ ਕੋਲ ਵੀ ਅਸਲਾ ਆ। ਉਹਨਾਂ ਦੇ ਅਸਰ ਹੀ ਨਹੀਂ ਕਰਨਾ। ਉਹ ਕਿਉਂ? ਉਹਨਾਂ ਨੇ ਬਿੱਬਾਂ ਪਾਈਆਂ ਨੇ। ਓਏ ਮੇਰਿਆ ਮੌਲਾ, ਓਏ ਜਾ ਚਲੇ ਜਾ, ਛੱਡੀ ਕਿਉਂ ਤੂੰ ਰੋਜੀ ਰੋਟੀ ਦੇ ਵਿੱਚ ਲੱਤ ਮਾਰਨ ਦੇ? ਓ ਜਾ ਸਾਰੀ ਮਾਰ ਯਾਰ, ਕਾਹਦਾ ਮਾਰਕੀਟ ਦਾ ਮਾਲਕ ਉੱਥੇ ਦੁਸ਼ਮਣ ਮਾਰਦੇ ਮੈਨੂੰ ਦੱਸਣ ਆ ਜਾਂਦਾ। ਜਾ ਮਾਰਕੀਟ 'ਚ ਰਾਲਾ ਹੀ ਰਾਲਾ ਨਾ ਹੋ ਜਾਣ, ਜਾ ਯਾਰ ਤੇਰੀ ਮਿਹਰਬਾਨੀ। ਅੱਛਾ ਫਿਰ ਯਾਨੀ ਤੇਰੀ ਫੌਜ ਉਹਦੇ ਨਾਲ, ਪੁਲਿਸ ਦੇ ਨਾਲ ਕੋਈ ਮੁਕਾਬਲਾ
ਸੁਪਰੀਡੈਂਟ ਆਪਣਾ, ਸੀਵਰ ਆਪਣਾ, ਸੀਵਰ ਨਿਜ਼ਾਮ ਸਾਰੇ ਜਿੰਨੇ ਵੀ, ਸਾਰਾ ਕੁਛ ਤਾਂ ਆਪਣਾ ਹੋ ਗਿਆ ਉੱਥੇ। ਸੀਵਰ ਵੀ ਤੇ ਸੀਵਰੇਜ ਵੀ ਉਹ ਸਾਰਾ ਤੇਰਾ ਆਪਣਾ ਹੁੰਦਾ। ਜੇਲਰ ਵੀ, ਹਾਂ ਜੇਲਰ ਵੀ ਉਹ ਤੇਰਾ ਹੀ ਹੋਣਾ। ਕਹਿੰਦਾ ਉੱਥੇ ਯੂਸੀ ਦੀਆਂ ਘਟਾਈਆਂ ਹੋਣ ਡਈਆਂ। ਸਹੀ ਗੱਲ ਹੈ, ਸਹੀ। ਤੇ ਹਰ ਜਿੱਥੇ ਜਿੱਥੇ ਕੈਦੀ ਬੈਠਾ ਉਹਦੇ ਜ਼ਬਾਨ ਤੇ ਇਹੀ ਗੱਲ ਚੱਲਣ ਡਈ, ਅਸੀਂ ਯੂਸੀ ਦੀ ਰਾਤ, ਯੂਸੀ ਕੋ ਰਾਤ ਰਹਿਣਾ। ਉਹ ਯਾਰ ਇਹਨੂੰ ਇੱਥੋਂ ਕੱਢ ਦੋ, ਇਹਦੇ ਦੁਸ਼ਮਣਾਂ ਨੂੰ ਈਦ ਹੀ ਮਿਲੀ, ਅਗਲੇ ਭਾਈ ਪੁੱਤਰੇ ਫਿਰਦੇ ਆ, ਕੁਛ ਵੀ ਕਰ ਸਕਦੇ ਆ। ਕਿਉਂ ਮਿੱਠੇ? ਆਹੋ ਭਾਈ ਯੂਸੀ ਨਿਕਲ ਜਾ ਮਾਰਕੀਟ ਦਾ ਬੇੜਾ ਕਰਕੇ ਨਾ ਕਰਾ ਦੇ, ਜਾਨੀ ਫਿਰ ਆਣਗੇ। ਯਾਨੀ ਸੁਪਰੀਡੈਂਟ ਤੱਕ ਤੇਰੀ ਯਾਰ ਮੈਂ ਕਹਿੰਦਾ ਉੱਥੇ ਹਕੀਮ ਬਾਦਸ਼ਾਹ ਆਪਣੀ ਬੱਲੇ ਬੱਲੇ ਹੋਈ ਸੀ, ਆ ਡੌਲੇ ਕਿੱਦਾਂ ਬਣੇ ਆ। ਅੱਛਾ ਵੀ ਓਏ ਆ ਜਾ, ਉੱਠ ਉੱਠ। ਹੁਣ ਕੀ ਹੋਇਆ ਭਾਜੀ? ਇੱਕ ਬਦਮਾਸ਼ ਇਹਦਾ ਦੁਸ਼ਮਣ ਆ ਰਿਹਾ ਔਰ ਸਿੱਧੀ ਫੈਰਿੰਗ ਕੰਧ ਨਾਲ ਚੜ 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 ਕਰਦਾ। ਆ ਜਾ ਓਏ ਤੇਰਾ ਬੇੜਾ ਚੱਲੇ ਜੁੱਤੀ ਲੱਗ ਜਾ ਪਰਾ। ਫੈਸਲ ਤੇਰਾ ਮੂੰਹ ਇੰਜੇ ਜਿਵੇਂ ਪੂਰੇ ਜਿਸਮ ਦੀ ਪਿੱਤ ਦੇ ਦਾਣੇ ਗਿਣ ਕੇ ਤਾਂ ਪਿਤਲੇ ਕੇ ਸੇਵ ਕਰ ਲਏ ਹੁੰਦੇ। ਹਕੀਮ ਅੱਜ ਤਾਂ ਪੇਸ਼ੇ ਤੇ ਆ ਹੀ ਗਿਆ ਫਿਰ। ਮੈਂ ਕਿਹਾ ਯਾਰ ਸੌਰ ਉਹ ਬਿਸਮਿਲ ਅਸਲਾਮ ਅਲੈਕੁਮ ਈਦ ਮੁਬਾਰਕ। ਠੀਕ ਹੈ ਸਭ ਖੈਰੀਅਤ? ਵਾਸ ਕੀ ਹਾਲ ਆ? ਠੀਕ ਠੀਕ ਜੀ, ਈਦ ਮੁਬਾਰਕ, ਖੈਰ ਮੁਬਾਰਕ, ਬਹੁਤ ਬਹੁਤ ਈਦ ਮੁਬਾਰਕ। ਮੈਂ ਕਿਹਾ ਚੱਲਦੀ ਈਦ ਮੁਬਾਰਕ ਸਰ। ਹੋਰ ਭਾਜੀ ਬਹੁਤ ਬਹੁਤ ਈਦ ਮੁਬਾਰਕ ਆਪਕੋ, ਬੈਠੋ ਭਾਜੀ ਇਧਰ ਆਓ। ਮਾਸ਼ਾਅੱਲਾ ਮਾਸ਼ਾਅੱਲਾ, ਸਲਮਾਨ ਵੀ ਆ ਗਿਆ ਬਈ। ਚਾਰ ਚੰਦ ਲੱਗ ਗਏ ਜੀ, ਇਧਰ ਚਾਰ ਚੰਦ ਲੱਗ ਗਏ। ਹਾਂ ਮੈਂ, ਤੁਸੀਂ ਸਲਮਾਨ ਭਾਈ ਤੇ ਮੈਂ ਐਂਡ ਤੇ ਚਾਰ ਆ, ਦੋ ਵਾਰੀਆਂ ਲਈਆਂ ਤੂੰ। ਓਕੇ ਬੜੀ ਗੱਲ ਹੈ ਜੀ, ਮਾਸ਼ਾਅੱਲਾ। ਸਲਮਾਨ ਭਾਈ ਜੇ ਜਾਂਦੇ ਨੇ ਨਾ ਬਾਹਰ ਜਾ ਕੇ ਤੇ ਵੀਡੀਓ ਬਣਾਉਂਦੇ, ਇਹਨਾਂ ਦਾ ਭਾਈ ਵੀ ਹੁੰਦਾ ਨਾ ਮਿੱਠੇ ਕਾ ਨਾਲ। ਉਹ ਝੂਠਾ ਜਾਂ ਫੇਕ ਜਾਂ ਅਮੀਰ ਬਣ ਕੇ ਆਇਆ ਤੁਹਾਡੇ ਸਾਹਮਣੇ, ਕੱਖ ਵੀ ਨਹੀਂ ਹੈ ਇਹਦੇ ਕੋਲੇ, ਫਕਨੋਟੀ ਟਾਈਪ ਆ ਸਾਰਾ। ਤੇ ਉਹਨੇ ਕਿਹੜਾ ਕਿਹਾ ਵੀ ਮੇਰੇ ਕੋਲ ਮਤਲਬ ਬੜਾ ਕੁਛ ਹੈ? ਨਹੀਂ ਉਹ ਦੇਖੋ ਸੀ ਕਿੱਦਾਂ ਮਿਲਿਆ ਕਿ ਸਾਨੂੰ ਕੱਖ ਵੀ ਨਹੀਂ। ਹਾਂਜੀ ਲੱਗ ਪਤਾ ਜਾਏਗਾ। ਅੱਛਾ ਈਦ ਨਹੀਂ ਦਿੱਤੀ ਤੈਨੂੰ? ਉਹ ਛੋਟਾ ਭਾਈ ਕਿੱਥੇ ਜੌਲੀ ਖੋਲੀ ਯਾਰ ਦੇ ਉਹ 150 ਵਿਚਾਰੇ ਦਾ ਮੂੰਹ ਬੰਦ ਕਰ। ਨਹੀਂ 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 ਨਾ ਨਾ, ਤੂੰ ਉਹ ਪਾਗਲ ਆ ਤੂੰ? ਮੈਂ ਉਹਦੇ ਕੋਲ ਨਾਲ ਦੇ ਨੂੰ ਦੇੜੇ ਉਹਦੇ। ਅੱਛਾ ਕੀ ਇਹੋ ਜਿਹੇ ਬੰਦੇ ਨੇ 1000 ਦਾ ਨੋਟ ਲੈ ਕੇ ਸਾਰੀ ਦਿਹਾੜੀ ਬੱਚਿਆਂ ਨੂੰ ਈਦ ਦੇਣ ਦੇ ਗੇੜਾ ਇਧਰ ਉਰੇ? ਈਦ ਲੈਣੀ ਆ, 1000 ਕੱਢ ਗਣਗਾ, 900 ਦੇ ਪਕਾਇਆ। ਚਾਚੂ ਮੇਰੇ ਕੋਲ ਤਾਂ ਨੀਗਾ, ਉਹ ਜਾ ਰਹਿਣ ਦੇ, ਚੱਲ ਜਾ ਏਦਾਂ ਹੀ ਸਾਰੀ ਦਿਹਾੜੀ। ਏਦਾਂ ਦਾ ਬੰਦਾ 1000 ਰੁਪਏ ਬੱਚੇ ਨੂੰ ਦਿਖਾ ਕਹੂਗਾ ਈਦ ਲੈਣੀ ਆ, ਉਹ ਕਹੂਗਾ ਹਾਂਜੀ ਜਾ ਸਾਹਮਣੇ ਸਾਦਿਕ ਦੇ ਸਾਲਾਂ ਲੈ ਕੇ ਥੋੜਾ ਜਿਹਾ ਏਦਾਂ ਡਿਸ਼ਾਂ ਖਾ ਲੈਣੀਆਂ। ਯਾਰ ਸਲਮਾਨ ਗਾਣਾ ਸੁਣਾ ਯਾਰ ਕੋਈ ਈਦ ਦਾ। ਲਿਆ ਯਾਰ ਫਿਰ ਅਸੀਂ ਵੀ ਸੁਣਾਵਾਂਗੇ ਜੀ ਗਾਣਾ। ਚਲੋ ਵਾਰੀ ਵਾਰੀ ਸਾਰੇ, ਚਲੋ ਠੀਕ ਹੋ ਗਿਆ ਫਿਰ। ਪਿੱਛੇ ਪਿਆ ਜੀ, ਲੈ ਬਈ ਚੱਲ ਬਈ ਮਿੱਠੇ ਜਰਾ, ਤੈਨੂੰ ਤੇ ਮੈਂ ਕੱਲਣਾ ਨਹੀਂ ਬੜ ਲੈਣਾ। ਚੱਲ ਬਈ ਉਧਰ ਤੇ ਆ ਜਰਾ, ਉਧਰ ਤੇ ਨਰਾਇਣ ਸਾਹਿਬ ਦਾ ਬਾਜੀ। ਹਾਂਜੀ ਉਧਰ ਤੇ ਨਰਾਇਣ ਸਾਹਿਬ ਦਾ। ਚਲੋ ਯੇ ਪਿਆਰ ਮੇ ਕਿਉਂ ਹੋਤਾ ਹੈ ਇਸ ਮੁਲਕ 'ਚ ਟੈਲੈਂਟ ਦੀ ਕਦਰ ਨਹੀਂ ਹੋ ਸਕਦੀ। ਜਿੰਨੀ ਦੇਰ ਤੱਕ ਇਹੋ ਜਿਹਾ ਮਨਹੂਸ ਹੈ ਨਾ, ਟੈਲੈਂਟ ਦੀ ਕਦਰ ਨਹੀਂ ਹੋ ਸਕਦੀ। ਤੇਰੇ ਸੂਟਾਂ ਨਾਲ ਉਹਦਾ ਕੀ ਤਲਕ ਆ? ਉਹ ਹਵਾਲਾ ਸੁਰ ਲਾਇਆ ਜੀ। ਏਦਾਂ ਦਾ ਬੰਦਾ ਖਟਕ ਹੋਟਲ ਤੇ ਹੁੰਦਾ ਸਿਰਫ ਆ ਕੇ ਹੀ ਕੋਗਾ, ਰਹਿਤਾ ਹੋ ਗਿਆ ਭਾਜੀ। ਚਲੋ ਚਲੋ ਜੀ ਆ, ਕਿੱਥੇ ਸੀ ਭਾਜੀ? ਇੱਥੇ ਸੀ, ਅੱਗੇ ਵੀ ਇਹ ਪਿਆਰ ਮੇ ਕਿਉਂ ਹੋਤਾ ਯੇ ਇਹ ਪਿਆਰ ਮੇ ਕਿਉਂ ਹੋਤਾ ਹੈ ਕਿਆ ਸੇ ਕਿਆ ਹੁਏ ਮਿਟ ਗਏ ਕਭੀ ਫਿਰ ਯਦਾ ਹੁਏ ਹਾਂ ਵਫਾ ਮਿਲੀ ਇਸ ਬਹਾਰ ਪੇ ਉਮਰ ਕੱਟ ਗਈ। ਚਲੋ ਚਲੋ ਉਮਰ ਕੱਟ ਗਈ, ਜ਼ਬਾਨ ਵੀ ਕਿਤੇ ਕੱਟੇ, ਗਾਂ ਤਾਂ ਨਾ ਕਰੀ, ਚੱਲ ਤਾਂ ਉੱਠ ਜਾ ਹੁਣ। ਤੇਰੇ ਕਰਕੇ ਅਗਲੇ ਨੇ ਹੁਣ ਮੈਨੂੰ ਵੀ ਮੌਕਾ ਨਹੀਂ ਦੇਣਾ। ਸਲਮਾਨ ਭਾਈ ਆਏ ਨੇ ਜੀ, ਚਲੋ ਭਾਈ
ਇਦਾਂ ਸੌਫਟ ਗਾਣ ਵਾਲਾ ਬੰਦਾ ਵਾ ਮੈਂ ਕਹਿੰਦਾ ਇਹਨੂੰ ਰਹਿਣ ਦੀ ਕੋਈ ਵੱਡਾ ਹੋਰ ਇਹਨੇ ਸੁਣ ਲਈ ਨਹੀਂ ਚੱਲ ਵੀ ਸਲਮਾਨ ਸੁਣਾ ਵੀ ਕੋਈ ਗੱਡੀ ਤੂੰ ਮਗਾ ਦੇ ਤੇਲ ਮੈਂ ਪਵਾਨੀ ਆ ਗੱਡੀ ਤੂੰ ਮਗਾ ਦੇ ਤੇਲ ਮੈਂ ਪਵਾਨੀ ਆ ਜੇ ਮੈਂ ਤੇਰੇ ਕੋਲ ਰਵਾਂ ਤੇ ਮੈਂ ਰਾਜ਼ੀ ਰਹਿੰਦੀ ਜੇ ਮੈਂ ਤੇਰੇ ਕੋਲ ਰਵਾਂ ਤੇ ਮੈਂ ਰਾਜ਼ੀ ਰਹਿੰਦੀ ਮੈਨੂੰ ਪਿਆਰ ਹੋ ਗਿਆ ਮੈਨੂੰ ਸਈਆ ਕਹਿੰਦੀ ਆ ਮੈਨੂੰ ਪਿਆਰ ਹੋ ਗਿਆ ਮੈਨੂੰ ਸਈਆ ਕਹਿੰਦੀ ਆ ਜੇ ਮੈਂ ਤੇਰੇ ਕੋਲ ਰਵਾਂ ਤੇ ਮੈਂ ਰਾਜ਼ੀ ਰਹਿੰਦੀ ਆ ਜੇ ਮੈਂ ਤੇਰੇ ਕੋਲ ਰਵਾਂ ਤੇ ਮੈਂ ਰਾਜ਼ੀ ਰਹਿੰਦੀ ਤੁਸੀਂ ਸਿਰਫ ਨੱਚਣਾ ਸੀ ਸੁਣਨੇ ਸਾਂ ਤੁਸੀਂ ਉਹਦਾ ਗਾਣਾ ਹੀ ਫੜ ਲਿਆ ਆ ਕੇ ਸਰ ਜੀ ਉਹਨੂੰ ਅੱਖਾਂ ਕਦੇ ਪੁੱਛਿਆ ਕਹਿੰਦਾ ਚੱਲ ਉਹ ਜਿਸ ਕੰਮ ਵਾਸਤੇ ਉਹਨੇ ਕਿਹਾ ਉਹ ਬਾਅਦ ਚ ਤੁਸੀਂ ਕਰਨਾ ਨਾ ਤੇਰਾ ਲੈ ਕੇ ਮੈਨੂੰ ਛੇੜਦੀਆਂ ਸਖੀਆਂ ਤੱਕ ਲਿਆ ਨਾ ਤੈਨੂੰ ਵਿੱਚ ਮੇਰੀ ਅੱਖੀਆਂ ਨਾ ਤੇਰਾ ਲੈ ਕੇ ਮੈਨੂੰ ਛੇੜਦੀਆਂ ਸਖੀਆਂ ਤੱਕ ਲਿਆਓ ਨਾ ਤੈਨੂੰ ਵਿੱਚ ਮੇਰੀ ਅੱਖੀਆਂ ਸੋਹਣੀ ਅੱਖਾਂ ਵਾਲਿਆ ਤੈਨੂੰ ਵਹਿੰਦੀ ਰਹਿੰਦੀਆਂ ਸੋਹਣੀ ਅੱਖਾਂ ਵਾਲਿਆ ਤੈਨੂੰ ਵਹਿੰਦੀ ਰਹਿੰਦੀਆਂ ਜੇ ਮੈਂ ਤੇਰੇ ਕੋਲ ਰਵਾਂ ਤੇ ਮੈਂ ਰਾਜ਼ੀ ਰਹਿੰਦੀ ਜੇ ਮੈਂ ਤੇਰੇ ਕੋਲ ਰਵਾਂ ਤੇ ਮੈਂ ਰਾਜ਼ੀ ਰਹਿੰਦੀ ਗੱਡੀ ਤੂੰ ਮਗਾ ਦੇ ਤੇਲ ਮੈਂ ਪਵਾਨੀ ਆ ਗੱਡੀ ਤੂੰ ਮਗਾ ਦੇ ਇੱਕ ਮਿੰਟ ਯਾਰ ਚੱਲ ਨਿਕਲ ਨਿਕਲ ਜਾ ਚੱਲ ਕੀ ਹੋਇਆ ਡੈਡੀ ਖਾਨ ਹਕੀਮ ਜ਼ੋਰਾ ਬਾਈ ਆਓ ਚੱਲ ਐਵੀ ਚੱਲ ਦੱਸ ਯਾਰ ਗਾਣੇ ਨੀ ਸੁਣਨ ਦਿੱਤਾ ਦਿਮਾਗ ਖਰਾਬ ਨਹੀਂ ਹਟਦੇ ਈਦ ਵਾਲੇ ਦਿਨ ਵੀ ਆ ਕੱਪੜਾ ਤੇ ਆ ਪਿਆ ਠਹਿਰ ਜਾ ਆ ਥੱਲੇ ਕੱਲਾ ਆਇਆ ਇਹ ਤੇ ਕੀ ਫੇਰੀ ਜਾਂਦਾ ਹੈ ਬੇਵਕੂ ਸਮਝਿਆ ਸਾਨੂੰ ਸਾਰਿਆਂ ਨੂੰ ਨਹੀਂ ਗਾਹਕ ਆਉਂਦਾ ਨਾ ਆ ਤੂੰ ਆਪਣਾ ਤੋਂ ਬਣ ਇਹਨਾਂ ਨੇ ਈਦ ਵਾਲੇ ਦਿਨ ਵੀ ਮਾਰਕੀਟ ਖੋਲੀ ਹੋਈ ਹੈ ਭਾਜੀ ਅੱਜ ਈਦ ਮਿਲਣ ਵਾਸਤੇ ਅੱਛਾ ਅੱਛਾ ਚੌਲ ਵੰਡੀ ਦੇ ਸਨ ਇੱਕ ਅੱਧੇ ਬੰਦੇ ਨੂੰ ਮਿਲ ਜਾਣੇ ਸੀਗੇ ਤੇ ਤੂੰ ਵਿਹਲਾ ਫਿਰਨ ਤੂੰ ਲੈ ਕੇ ਆਉਂਦਾ ਉੱਥੋਂ ਮੈਨੂੰ ਦਿੱਤੇ ਹੀ ਨੀ ਦਿੱਤੇ ਕਿਉਂ ਨੀ ਤੈਨੂੰ ਤੂੰ ਲੈਣ ਚ ਲੱਗਦਾ ਉਹ ਅਗਲਾ ਫਿਰ ਤੈਨੂੰ ਦੇਣ ਚ ਲੱਗਦਾ ਮੈਂ ਲੈਣ ਚ ਲੱਗਾ ਮੋਗੇ ਸੀਗੇ ਕਿੰਨੀ ਬੋ ਆਣ ਡਈ ਚਲੋ ਬਹਿ ਜਾਓ ਇਦੋਂ ਤਿੰਨ ਦਿਨ ਬਾਅਦ ਤੇਰੇ ਭਤੀਜੇ ਦੀ ਸ਼ਾਦੀ ਆ ਇਹਨਾਂ ਜ਼ਿਹਨ ਚ ਰੱਖੀ ਮੇਰੇ ਤੇ ਹਾਲੇ ਏਡਾ ਦਾ ਭਤੀਜਾ ਮੇਰਾ ਮੁੰਡਾ ਭਤੀਜਾ ਹੀ ਲੱਗਾ ਅੱਛਾ ਸ਼ਾਦੀ ਆ ਤੇ ਸਾਰਾ ਫੰਕਸ਼ਨ ਦਾ ਰੇਂਜ ਤੁਸੀਂ ਆਪ ਕਰ ਲਿਆ ਤੇਰੇ ਮੇਰੇ ਭਤੀਜੇ ਦੀ ਹਾਂ ਤੇਰੇ ਮੁੰਡੇ ਦੀ ਆਹੋ ਇਦੋਂ ਤਿੰਨ ਦਿਨ ਬਾਅਦ ਇਦੋਂ ਤਿੰਨ ਦਿਨ ਬਾਅਦ ਮਰੂ ਵਾਲੇ ਦਿਨ ਨਹੀਂ ਨਹੀਂ ਟਰੂ ਵਾਲੇ ਦਿਨ ਅੱਛਾ ਈਦ ਟਰੂ ਮਰੂ ਤੀਸਰਾ ਦਿਨ ਜਿਹੜਾ ਹਾਂ ਉਦੋਂ ਛਾਤੀ ਚ ਸਾਰਾ ਰੇਂਜ ਤੁਸੀਂ ਕਰਨਾ ਮੈਂ ਕਰ ਦਿਆਂਗਾ ਰੇਂਜ ਸਾਰਾ ਡਨ ਹੋ ਗਿਆ ਲੈ ਐਸਾ ਮੈਂ ਕਹਿੰਦਾ ਲੈ ਬਸ ਸਾਰਾ ਰੇਂਜ ਤੇ ਤੂੰ ਉਹ ਪਾਉਣਾ ਦੇਣੇ ਨੀ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਕੋਲ ਨੀ ਦੇਣੇ ਕਾਰਡ ਦੇਤੇ ਆ ਰਿਸ਼ਤੇਦਾਰਾਂ ਨੂੰ ਆਹੋ ਤੇ ਫਿਰ ਮੈਂ ਕਿੱਥੋਂ ਲੈ ਕੇ ਆਉਣਾ ਸਾਰੇ ਤੇ ਪਹਿਲਾਂ ਹੀ ਉੱਥੇ ਹੋਣੇ ਓਹੋ ਅਰੇਂਜਮੈਂਟ ਤੁਸਾਂ ਕਰਨਾ ਲਵਾਦਵਾਦ ਜਿਹੜੇ ਉੱਪਰਲੇ ਆ ਯਾਨੀ ਕਿ ਖੁਸਰੇ ਖਸਰੇ ਅੱਲਾ ਬੜਾ ਬੜਾ ਸਾਲ ਖਾਤਾ ਖੁਸਰੇ ਨਿਆਣੇ ਆ ਮੈਂ ਆ ਅੱਛਾ ਮੈਂ ਕਹਿੰਦਾ ਮੁਬਾਰਕ ਹੋਵੇ ਤੁਹਾਡੇ ਚ ਸ਼ਾਦੀ ਦਾ ਰਿਵਾਜ ਤੁਰ ਪਿਆ ਠੀਕ ਹੈ ਇਸ ਗੱਲ ਦੀ ਮੁਬਾਰਕ ਬਣਦੀ ਤੁਹਾਡੇ ਲਈ ਆਹੋ ਠੀਕ ਹੈ ਤੇ ਇਨਸ਼ਾਅੱਲਾ ਜੀ ਅਸੀਂ ਸਾਰਾ ਅਰੇਂਜ ਕਰਾਂਗੇ ਜਾਨੀ ਖਾਨ ਜੀ ਤੁਸੀਂ ਕਹਿ ਦਿਓ ਠੀਕ ਆ ਖੁਸਰੇ 5 ਲੱਖ ਰੁਪਇਆ ਲਵਾਂਗੇ ਹੈ ਜੀ ਕਾਹਦਾ ਇਹ ਜਿਹੜੀਆਂ ਹੁਣੇ ਬਾਹਾਂ ਤਾਂ ਜਾ ਰਹੀਆਂ ਸੀ ਉਹ ਇਵੈਂਟ ਆਰਗੇਨਾਈਜ਼ਰ ਆ ਨਹੀਂ 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 ਮਸਲਨ ਕੇ ਕਾਸਟ ਕੀ ਹੈ ਹੈ
ਕਾਸਟ ਦਾ ਮੈਨੂੰ ਡਿਟੇਲ ਦੱਸੋ ਨਾ ਕਿਹੜੀ ਕਿਹੜੀ ਕਾਸਟ ਆ। ਕਾਸਟ ਆ ਜੀ ਬਾਬਰ ਅਲੀ, ਮੀਰਾ, ਮਹਯੋਗ ਰਸ਼ੀ ਸਾਹਿਬ, ਸ਼ਫਕ ਚੀਮਾ ਸਾਹਿਬ ਜਿਹਨਾਂ ਨੇ ਐਂਡ ਤੇ ਤੇਰੇ ਮੁੰਡੇ ਨੂੰ ਚੁੱਕ ਕੇ ਲੈ ਜਾਣਾ। ਬਸ ਫਿਰ ਫਿਰ ਉਹ ਜਿਹਨਾਂ ਨੂੰ ਕਾਰਡ ਦਿੱਤੇ ਉਹਨਾਂ ਦੇ ਗੁਜ਼ਾਰਾ ਕਰ ਲਈ। ਚਲੋ ਕਰ ਲੂੰਗਾ ਗੁਜ਼ਾਰਾ। ਚਲੋ ਜੀ, ਈਦ ਵੀ ਰਹੋ ਗਈ ਤੇਰੇ ਬੱਚੇ ਦੀ। ਗਾਣਾ ਸੁਣਾ, ਗਾਣਾ ਕੋਈ ਗਾਣਾ ਕੋਈ ਸੁਣਾ ਦੇ ਈਦ ਤੇ ਖੁਸ਼ੀ ਨਾਲ। ਚੱਲ ਉੱਚੇ ਮਹਿਲ ਤੇਰੇ ਸੋਣੀਏ ਤੱਲੇ ਨੇ ਸਾਡੇ ਡੇਰੇ, ਉੱਚੇ ਉੱਚੇ ਮਹਿਲ ਤੇਰੇ ਸੋਣੀਏ ਤੱਲੇ ਨੇ ਸਾਡੇ ਡੇਰੇ, ਕੋਈ ਬਾਜਰਾ ਕਢਿਆਈ ਨਾ ਸਭ ਸਜਣ ਮਿਲਿਆ ਨਾ ਗੈਰਾਂ ਜੋਗਾ ਛਪਿਆਈ, ਸਾਡਾ ਦਿਲ ਨਾ ਤੋੜੀ ਮੈਨੂੰ ਸਾਹ ਲੱਗ ਜਾਣ ਤੇਰੇ ਉੱਚੇ ਉੱਚੇ ਮਹਿਲ ਤੇਰੇ। ਯਾਰ ਨਾ ਕਰੋ ਯਾਰ, ਚੱਲ ਆਖਰ ਵਾਲੀ ਲੈਣ ਬਹੁਤ ਕਮਾਲ ਲਿਖੀ ਕਿਸੇ ਸ਼ਾਇਰ ਨੇ। ਕੀ ਹੈ ਜੀ ਲੈਣ? ਟੀੜੀ ਡੀਡੀ ਡੀ ਟੀੜੀ ਡੀਡੀ ਹੋਏ ਟੀੜੀ ਤੇਰਾ ਮੂੰਹ ਜਿਵੇਂ ਮੋਗਾ ਹੁੰਦਾ ਲੱਕ ਟੀੜੀ 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 ਟੀੜੀ। ਉਹ ਮੈਂ ਕਿਹਾ ਫੈਸਲ ਤੇਰਾ ਮੂੰਹ ਇੰਜੇ ਜਿਵੇਂ ਖੋਤਿਆਂ ਦੀ ਧਾਂਗ ਲਾਈ ਹੁੰਦੀ ਹੈ ਵੀ ਟੀੜੀ 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 ਟੀੜੀ। ਪਹਿਲੇ ਟਰੈਂਡ ਰਿਹਾ ਨਹੀਂ ਸੀ ਹੁੰਦਾ? ਤੁਹਾਡੇ ਇਲਾਕੇ ਚ ਹੁੰਦਾ ਇੱਥੇ ਟੀਣੀ ਟੀਣੀ। ਚਲੋ ਜੀ ਟੀਣੀ 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 ਟੀਣੀ। ਇਹ ਫੈਸਲ ਤੇਰਾ ਮੂੰਹ ਏਦਾਂ ਜਿਵੇਂ ਤੰਦੂਰ ਚ ਸੀਵਰ ਜਲਾ ਪੈ ਪਾਇਆ ਹੁੰਦਾ ਟੀਣੀ ਟੀਣੀ। ਮੇਰਾ ਜਵਾਬ ਦੇ ਉਹਨੂੰ ਪਰਲੇ ਨੂੰ। ਫੈਸਲ ਤੇਰਾ ਮੂੰਹ ਇੰਜਾ ਜਿਵੇਂ ਕੂੰਡੇ ਦੇ ਨਾਲ ਤਾਸ਼ ਖੇਲੀ ਹੁੰਦੀ ਆ ਵੀ ਟੀੜੀ ਟੀੜੀ ਟੀੜੀ। ਅਸਲ ਤੇਰਾ ਮੂੰਹ ਜਿਹਾ ਜਿਵੇਂ ਬਾਬਲ ਦੇ ਵਿਹੜੇ ਚ ਖੁਸਰਾ ਨਚਾਇਆ ਹੁੰਦਾ ਬਈ ਟੀੜੀ ਟੀੜੀ ਟੀੜੀ। ਫੈਸਲ ਓਏ ਫੈਸਲ ਉਸਤਾਦ ਜੀ ਤੁਹਾਡਾ ਮੂੰਹ ਅੰਜੇ ਦਾਦੇ ਨਾਲ ਮੁੱਕਾ ਰੱਖਿਆ ਹੁੰਦਾ ਸਕੀ ਬੁੱਟੀ ਨੂੰ ਛੇੜ ਕੇ ਛਿੱਤਰ ਖਾ ਲੈ ਹੁੰਦੇ ਫੈਸਲ ਤੇਰਾ ਮੂੰਹ ਇੰਜੇ ਜਿਵੇਂ ਪੂਰੇ ਜਿਸਮ ਦੀ ਪਿੱਤ ਦੇ ਦਾਣੇ ਗਿਣ ਕੇ ਤਾਪੀ ਤੇ ਲੈ ਕੇ ਸੇਵ ਕਰ ਲਏ ਹੁੰਦੇ। ਅਦਰੇ ਤੀਣੀ ਲੋਕੀ ਮੈਨੂੰ ਅੱਜ ਜੁਗਤ ਦਾ ਆਪ ਹਿਸਾਬ ਲਾ ਲੈਂਦੇ ਪਹਿਲਾਂ। ਜੁਗਤ ਮੈਂ ਕੀ ਕੀਤੀ ਆ ਵੀ ਤੇਰਾ ਮੂੰਹ ਇੰਜਾ ਜਿਵੇਂ ਪੂਰੇ ਜਿਸਮ ਦੇ ਪਿੱਤ ਦੇ ਦਾਣੇ ਗਿਣ ਕੇ ਕਾਪੀ ਤੇ ਨੋਟ ਕਰ ਲਏ ਹੁੰਦੇ। ਕਿਆ ਕਹਿੰਦੇ? ਚਾਹ ਯਾਰ ਮੈਂ ਈਦ ਮੁਬਾਰਕ ਵੀ ਸਾਰਿਆਂ ਨੂੰ ਤੁਹਾਨੂੰ ਬਈ ਕੀ ਆ ਸ਼ੋਅ ਚ ਬੋਲਿਆ ਯਾਰ ਬਈ ਐਸੀ ਐਸੀ ਜੁਗਤ ਬਾਸ ਨੇ ਚੁੱਪ ਰਹਿ ਲਈ ਅੱਜ ਕਹਿੰਦੇ ਬਾਸ ਨੇ ਅੱਜ ਬਈ ਗਲਾ ਤੇ ਨੀ ਖਲੋ ਗਿਆ ਨਹੀਂ ਜੀ ਹੁਣ ਤੁਸੀਂ ਆਪਣੇ ਹਿਸਾਬ ਨਾਲ ਗੱਲਾਂ ਕਢਾ ਲਿਓ। ਮੈਂ ਕਹਿੰਦਾ ਮੈਂ ਤੇਰੇ ਪਿਛਲੇ ਸ਼ੋਆਂ ਚੋਂ ਕੱਟ ਕੱਟ ਕੇ ਨਾ ਓਵਰਲੈਪਿੰਗ ਨਾਲ ਲਾ ਦਾਂਗਾ ਉੱਤੇ ਤੂੰ ਸਿਰਫ 2 ਕੁ ਮਿੰਟ ਰਾ ਇੰਜ ਕਰਦੇ ਮੈਂ ਉੱਤੇ ਡਬਿੰਗ ਕਰ ਦਾਂਗਾ। ਓਏ ਹੋਏ ਹੋ ਵੀ ਈਦ ਦੇ ਸ਼ੋਅ ਚ ਮਾਰਤਾ ਵੀ ਮਾਰਤਾ ਆ ਜਾ ਚੱਲੀਏ ਨਾ ਬਈ ਧਿਆਨ ਨਾਲ ਆ ਜਾਓ ਚਲੋ ਵੀਰਾ ਫੋਟੋ